पंजाबी स्टडी पॉइंट 63 ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੈਗੀ ਹਾਂ ਅਤੇ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਯੂਨੀਵਰਸਿਟੀ ਦੀ ਬੀ ਕਾਮ ਦੇ ਸੈਕਿੰਡ ਸਮੈਸਟਰ ਦੇ ਵਿੱਚ ਉਹਨਾਂ ਦੇ ਸਿਲੇਬਸ ਗਲੀਏ ਚਿੱਕੜ ਦੂਰ ਘਰ ਜੋ ਉਹਨਾਂ ਦੀ ਪਾਠ ਪੁਸਤਕ ਹੈਗੀ ਹੈ ਸਵੈ ਜੀਵਨੀ ਹੈ ਸ਼੍ਰੀ ਸੁਹਿੰਦਰ ਸਿੰਘ ਬਣਜਾਰਾ ਵਿਦ ਜੀ ਨੇ ਲਿਖੀ ਹੋਈ ਹੈਗੀ ਹੈ ਉਸਦੇ ਭਾਗ ਨੰਬਰ 7 ਤੋਂ ਲੈ ਕੇ 12 ਤੱਕ ਦੇ ਪ੍ਰਸ਼ਨਾਂ ਦੇ ਉੱਤਰ ਜੋ ਸੰਖੇਪ ਰੂਪ ਵਿੱਚ ਹੈਗੇ ਨੇ ਉਹਨਾਂ ਨੂੰ ਵਾਚਣਾ ਹੈਗਾ ਅਤੇ ਇਹ ਉਹਨਾਂ ਦੀ ਜਿਹੜੀ ਹੈ ਪ੍ਰੀਖਿਆ ਦੇ ਵਿੱਚ ਆਉਂਦੇ ਹੈਗੇ ਨੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਨੇ ਇਸ ਲਈ ਬਹੁਤ ਹੀ ਧਿਆਨ ਨਾਲ ਜ਼ਰੂਰ ਬਾਰ ਜ਼ਰੂਰ ਇਸ ਵੀਡੀਓ ਨੂੰ ਵੇਖਣਾ ਅਤੇ ਜੇਕਰ ਤੁਹਾਨੂੰ ਇਸ ਵੀਡੀਓ ਦਾ ਲਾਭ ਹੋਇਆ ਤਾਂ ਆਪਣੇ ਸਾਥੀਆਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ ਅਤੇ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨ। ਤਾਂ ਇਸ ਸਵੈ ਜੀਵਨੀ ਦਾ 7ਵਾਂ ਭਾਗ ਹੈ ਜੋ ਸੈਕਿੰਡ ਸਮੈਸਟਰ ਤੋਂ ਦੇ ਵਿੱਚ ਜਿਹੜਾ ਹੈ ਸ਼ਾਮਿਲ ਹੈਗਾ ਤਾਂ ਉਹਦਾ ਨਾਮ ਹੈ ਇੱਕ ਰੰਗ ਹੋਣੀ ਦਾ। ਤਾਂ ਇਸ ਵਿੱਚ ਮਹੱਤਵਪੂਰਨ ਪ੍ਰਸ਼ਨ ਉੱਤਰ ਨੇ। ਪਹਿਲਾ ਪ੍ਰਸ਼ਨ ਹੈ ਹੋਣੀ ਬਾਰੇ ਲੇਖਕ ਦਾ ਕੀ ਵਿਚਾਰ ਹੈ। ਤਾਂ ਲੇਖਕ ਸ਼੍ਰੀ ਸੁਹਿੰਦਰ ਸਿੰਘ ਬਣਜਾਰਾ ਬੇਦੀ ਆਪਾਂ ਇਸ ਪੂਰੇ ਨਾਵਲ ਦੇ ਵਿੱਚ ਦੇਖਿਆ ਹੈਗਾ ਸਵੈ ਜੀਵਨੀ ਦੇ ਵਿੱਚ ਵੇਖਿਆ ਹੈਗਾ ਭਾਗ ਨੰਬਰ 1 ਤੋਂ ਲੈ ਕੇ 12 ਤੱਕ ਕਿ ਉਹਨਾਂ ਨੇ ਆਪਣੇ 12 ਸਾਲਾਂ ਦਾ ਜਿਹੜਾ ਹੈ ਡਾਟਾ ਇਸ ਸਵੈ ਜੀਵਨੀ ਦੇ ਵਿੱਚ ਦੱਸਿਆ ਹੈਗਾ ਕਿਸ ਤਰ੍ਹਾਂ ਉਹਨਾਂ ਨੇ ਕਿੰਨੀਆਂ ਔਕੜਾਂ ਦਾ ਸਾਹਮਣਾ ਕੀਤਾ। ਤਾਂ ਲੇਖਕ ਦਾ ਕੀ ਵਿਚਾਰ ਹੈ ਕਿ ਹੋਣੀ ਦੇ ਕਈ ਰੰਗ ਬੰਦੇ ਨੂੰ ਬੜੇ ਰਾਸ ਆਉਂਦੇ ਨੇ। ਹੋਣੀ ਦਾ ਭਾਵ ਕਿਸਮਤ ਹੈਗਾ ਵੀ ਕਈ ਵਾਰ ਤਾਂ ਜਿਹੜੀ ਕਿਸਮਤ ਹੈ ਮਨੁੱਖ ਨੂੰ ਖੁੰਝੇ ਲਾ ਦਿੰਦੀ ਹੈ ਅਤੇ ਕਈ ਵਾਰ ਕੀ ਹੁੰਦਾ ਹੈ ਹੋਣੀ ਦੇ ਕਈ ਰੰਗ ਨੇ ਉਹ ਮਨੁੱਖ ਨੂੰ ਰਾਸ ਆਉਂਦੇ ਨੇ ਜਿਸ ਦੇ ਨਾਲ ਉਸਦੇ ਸਾਰੇ ਸੁਪਨੇ ਸਾਕਾਰ ਹੋ ਜਾਂਦੇ ਹੈਗੇ ਨੇ। ਲੇਖਕ ਅਨੁਸਾਰ ਕਿਹੜੀ ਨੌਕਰੀ ਬੰਦੇ ਲਈ ਗੁਨਾਹ ਹੈ। ਦੂਸਰਾ ਕੁਸ਼ਚਨ ਹੈ ਲੇਖਕ ਅਨੁਸਾਰ ਜਿਹੜੀ ਨੌਕਰੀ ਦੇ ਵਿੱਚ ਬੰਦਾ ਆਪਣੇ ਆਪ ਨੂੰ ਹੀ ਨਾ ਪਛਾਣ ਸਕੇ ਉਹ ਨੌਕਰੀ ਉਸ ਲਈ ਗੁਨਾਹ ਹੁੰਦੀ ਹੈ ਜਿੱਥੇ ਉਸਦੀ ਹੋਂਦ ਵਿਖਰ ਜਾਂਦੀ ਪ੍ਰਤੀਤ ਹੁੰਦੀ ਹੋਵੇ। ਤਾਂ ਇਹ ਗੱਲ ਉਦੋਂ ਕਹਿੰਦਾ ਜਦੋਂ ਉਹਦਾ ਮਨ ਜਿਹੜਾ ਸਿਵਲ GT ਕੰਪਨੀ ਦੇ ਵਿੱਚ ਨੌਕਰੀ ਕਰਨ ਤੋਂ ਅੱਕ ਗਿਆ ਸੀਗਾ। ਸਿਵਲ GT ਕੰਪਨੀ ਦਾ ਕੰਮ ਅੰਤ ਵਿੱਚ ਲੇਖਕ ਨੂੰ ਕਿਹੋ ਜਿਹਾ ਲੱਭਣ ਲੱਗਿਆ ਜਾਂ ਫਿਰ ਸਿਵਲ GT ਕੰਪਨੀ ਦੀ ਨੌਕਰੀ ਤੋਂ ਲੇਖਕ ਦਾ ਮਨ ਕਿਉਂ ਅੱਕ ਗਿਆ। ਹੁਣ ਆਪਾਂ ਬਹੁਤ ਚੰਗੀ ਤਰ੍ਹਾਂ ਇਹ ਕਿਤਾਬ ਪੜ੍ਹੀ ਹੈਗੀ ਆ ਤਾਂ ਇਹਦੇ 6ਵੇਂ ਭਾਗ ਵਿੱਚ ਅਸੀਂ ਦੇਖਿਆ ਸੀ ਵੀ ਲੇਖਕ ਨੂੰ ਜਿਹੜੀ ਇਹ ਨੌਕਰੀ ਬੜੀ ਮਿਲੀ ਤਾਂ ਬੜੀ ਔਖੀ ਸੀ ਪਰ ਇੱਥੇ ਕੰਮ ਕੋਈ ਨਹੀਂ ਸੀ। ਕੰਮ ਕੀ ਸੀਗਾ ਵੀ ਸੈਰ ਸਪਾਟਾ ਜਾਂ ਖਾਣ ਪੀਣ ਦਾ ਕੰਮ ਸੀਗਾ। ਅਤੇ ਉਹ ਕਹਿੰਦਾ ਹੈ ਵੀ ਲੇਖਕ ਇਸ ਕੰਪਨੀ ਦੇ ਕੰਮ ਤੋਂ ਇਸ ਲਈ ਅੱਕ ਗਿਆ ਸੀ ਕਿਉਂਕਿ ਇਸ ਵਿੱਚ ਸਿਰਫ ਖਾਣ ਪੀਣ ਅਤੇ ਸੈਰ ਸਪਾਟੇ ਦਾ ਕੰਮ ਸੀ ਅਤੇ ਇਸ ਵਿੱਚ ਲੇਖਕ ਨੂੰ ਆਪਣਾ ਆਪ ਵਿਖਰਿਆ ਹੋਇਆ ਮਹਿਸੂਸ ਹੁੰਦਾ ਸੀ ਭਾਵ ਇੱਥੇ ਕੋਈ ਉਸਦੇ ਸਿਰਜਣਾਤਮਕ ਕੰਮ ਨਹੀਂ ਸੀਗਾ। ਉਹਨੂੰ ਲੱਗਦਾ ਨਹੀਂ ਸੀ ਮੈਂ ਕੋਈ ਕੰਮ ਕਰ ਰਿਹਾ ਹੈਗਾ ਅਤੇ ਇਸ ਲਈ ਉਹਦਾ ਮਨ ਉੱਥੋਂ ਬਹੁਤ ਛੇਤੀ ਅੱਕ ਗਿਆ। ਸਿਵਲ GT ਕੰਪਨੀ ਦਾ ਸੈਰ ਸਪਾਟਾ ਅਤੇ ਸਫ਼ਰ ਲੇਖਕ ਨੂੰ ਕਿਹੋ ਜਿਹਾ ਪ੍ਰਤੀਤ ਹੋਣ ਲੱਗਿਆ। ਪਹਿਲਾਂ ਤਾਂ ਇੱਥੇ ਲੇਖਕ ਬੜਾ ਹੀ ਖੁਸ਼ ਹੋਇਆ ਸੀਗਾ ਹੈ ਨਾ ਤਾਂ ਕਿ ਜਿਹੜਾ ਹੈ ਇਹ ਸੈਰ ਸਪਾਟਾ ਅਤੇ ਸਫ਼ਰ ਲੇਖਕ ਨੂੰ ਬੜਾ ਹੀ ਆਨੰਦਮਈ ਜਾਪਦਾ ਸੀਗਾ ਪਰ ਮਗਰੋਂ ਉਸ ਨੂੰ ਇਸ ਦੇ ਨਾਲ ਸਰੀਰਕ ਥਕਾਵਟ ਨਾਲੋਂ ਵੱਧ ਮਾਨਸਿਕ ਥਕਾਵਟ ਹੋਣ ਲੱਗ ਪਈ ਅਤੇ ਇਸ ਕਰਕੇ ਇਹ ਉਸ ਤੋਂ ਅੱਕ ਗਿਆ। ਸਿਵਲ GT ਕੰਪਨੀ ਦੇ ਵਿੱਚ ਕੰਮ ਕਰਦਿਆਂ ਲੇਖਕ ਦੀ ਸਿਹਤ ਕਿਹੋ ਜਿਹੀ ਹੋ ਗਈ ਸੀ। ਇੱਥੇ ਲੇਖਕ ਦੀ ਸਿਹਤ ਬੜੀ ਹੋ ਗਈ ਵਧੀਆ ਹੋ ਗਈ ਸੀ ਕਿਉਂਕਿ ਉਸਨੂੰ ਫਲ ਅਤੇ ਅੰਡੇ ਖਾਣ ਨੂੰ ਮਿਲਦੇ ਸੀਗੇ ਅਤੇ ਉਹ ਰੱਜ ਕੇ ਖਾਂਦਾ ਸੀ ਅਤੇ ਰੱਜ ਕੇ ਸੌਂਦਾ ਸੀ ਅਤੇ ਉਸਦਾ ਸਰੀਰ ਨਰੋਆ ਪ੍ਰਤੀਤ ਹੁੰਦਾ ਸੀਗਾ। ਕਲਰਕ ਰਾਮ ਨਾਰਾਇਣ ਨੂੰ ਨੌਕਰੀ ਤੋਂ ਕਿਉਂ ਕੱਢ ਦਿੱਤਾ ਗਿਆ ਸੀ ਹੁਣ ਕਿਉਂਕਿ ਉਹ ਕਿਸੇ ਗੱਲੋਂ ਆਪਣੇ ਸੁਪਰਵਾਈਜ਼ਰ ਦੇ ਨਾਲ ਖੈਬੜ ਪਿਆ ਸੀ ਅਤੇ ਇਹ ਗੱਲ ਮੇਜਰ ਸਾਹਿਬ ਤੱਕ ਪਹੁੰਚੀ ਅਤੇ ਉਹਨਾਂ ਨੇ ਉਸਨੂੰ ਉਸੇ ਵੇਲੇ ਨੌਕਰੀ ਤੋਂ ਕੱਢ ਦਿੱਤਾ। ਹੁਣ ਰਾਮ ਨਾਰਾਇਣ ਕਿਹੋ ਜਿਹਾ ਬੰਦਾ ਸੀਗਾ। ਰਾਮ ਨਾਰਾਇਣ ਸੁਭਾਅ ਪੱਖੋਂ ਬੜਾ ਹੀ ਸਾਊ ਸੀਗਾ ਪਰ ਉਹ ਕਿਸੇ ਦੀ ਜ਼ਿਆਦਤੀ ਨੂੰ ਬਹੁਤ ਹੀ ਸਹਿਣ ਨਹੀਂ ਸੀ ਕਰ ਸਕਦਾ ਅਤੇ ਇਸ ਦੇ ਨਾਲ ਹੀ ਉਹ ਲੋਕਾਂ ਦੀ ਨਾਲ ਵਾਲਿਆਂ ਦੀ ਚੁੱਕ ਵਿੱਚ ਆ ਜਾਂਦਾ ਸੀ ਅਤੇ ਅੰਤ ਉਹਦਾ ਬੜਾ ਮਾੜਾ ਹੋਇਆ ਅਤੇ ਉਹ ਬੇਆਬਰੂ ਹੋ ਕੇ ਕੰਪਨੀ ਵਿੱਚੋਂ ਨਿਕਲਿਆ ਅਤੇ ਕਿਸੇ ਚੁੱਕ ਚੁਕਾਉਣ ਵਾਲੇ ਨੇ ਉਹਦੀ ਬਾਤ ਨਾ ਪੁੱਛੀ। ਤਾਂ ਲੇਖਕ ਦੇ ਰੱਬ ਬਾਰੇ ਕੀ ਵਿਚਾਰ ਹੈਗੇ ਨੇ। ਹੁਣ ਲੇਖਕ ਰੱਬ ਨੂੰ ਆਪਣੀ ਜ਼ਿੰਦਗੀ ਦਾ ਰਹਿਨੁਮਾ
अते नायक मानता सीगा। ते कई बार अजिही अवस्था होंदी सी कि लेखक रब नाल गिले भी करदा सी, ते ओह कहिंदा है कि जे ओह जिंदगी दे विचों गैर हाजर तां भावें हुंदा सी कदी कदी, ओह नहीं भी मतलब मानदा सीगा, पर खारिज कदे नहीं सी होया। ਤਾਂ ਲੇਖਕ ਦੇ ਯੂਨਿਟ ਦਾ ਪਹਿਲਾ ਮੇਜਰ ਕਿਹੋ ਜਿਹਾ ਸੀ? ਹੁਣ ਪਹਿਲਾ ਮੇਜਰ ਕੌਣ ਸੀ ਜਿਸਨੇ ਲੇਖਕ ਨੂੰ ਨੌਕਰੀ 'ਤੇ ਰੱਖਿਆ ਸੀਗਾ? ਤਾਂ ਲੇਖਕ ਦੇ ਯੂਨਿਟ ਦਾ ਪਹਿਲਾ ਮੇਜਰ ਬੜਾ ਹੀ ਸਾਊ ਅਤੇ ਨਰਮ ਸੁਭਾਅ ਦਾ ਸੀ ਅਤੇ ਜਿਸਨੇ ਲੇਖਕ ਨੂੰ ਨੌਕਰੀ 'ਤੇ ਰੱਖਿਆ ਸੀਗਾ। ਅਤੇ ਅਗਲਾ ਪ੍ਰਸ਼ਨ ਹੈ, ਲੇਖਕ ਦੇ ਯੂਨਿਟ ਦਾ ਨਵਾਂ ਮੈਂਬਰ ਕਿਹੋ ਜਿਹਾ ਵਿਅਕਤੀ ਸੀਗਾ? ਨਵਾਂ ਮੇਜਰ, ਸੋਰੀ, ਨਵਾਂ ਇੰਚਾਰਜ ਸੀ ਜਿਹੜਾ। ਲੇਖਕ ਦੇ ਯੂਨਿਟ ਦਾ ਨਵਾਂ ਮੇਜਰ ਬੜਾ ਹੀ ਸ਼ੱਕੀ ਮਿਜਾਜ਼ ਅਤੇ ਹਰੇਕ ਉੱਤੇ ਜਿਹੜਾ ਹੈ ਨਜ਼ਰ ਰੱਖਣ ਵਾਲਾ ਸੀ, ਅਤੇ ਉਹ ਗੱਲ ਗੱਲ 'ਤੇ ਧਮਕਾਉਂਦਾ ਸੀ। ਅਤੇ ਉਸਨੇ ਆਪਣੇ ਦੋ ਅਰਦਲੀਆਂ ਨੂੰ 20 ਰੁਪਏ ਚੋਰੀ ਹੋਣ ਦੇ ਇਲਜ਼ਾਮ ਦੇ ਵਿੱਚ ਬੁਰੀ ਤਰ੍ਹਾਂ ਕੁੱਟਵਾਇਆ ਵੀ ਸੀਗਾ। ਤਾਂ ਅਗਲਾ ਪ੍ਰਸ਼ਨ ਹੈ, ਨਵੇਂ ਮੇਜਰ ਨੇ ਆਪਣੀ ਜੇਬ ਵਿੱਚੋਂ 20 ਰੁਪਏ ਚੋਰੀ ਹੋ ਜਾਣ 'ਤੇ ਪੁਲਿਸ ਤੋਂ ਕਿਹਨਾਂ ਨੂੰ ਕੁੱਟਵਾਇਆ ਸੀ? ਨਵੇਂ ਮੇਜਰ ਨੇ ਆਪਣੀ ਜੇਬ ਵਿੱਚੋਂ 20 ਰੁਪਏ ਚੋਰੀ ਹੋ ਜਾਣ 'ਤੇ ਸ਼ੱਕ ਵਿੱਚ ਆਪਣੇ ਦੋ ਅਰਦਲੀਆਂ ਨੂੰ ਬੁਰੀ ਤਰ੍ਹਾਂ ਪੁਲਿਸ ਤੋਂ ਕੁੱਟਵਾਇਆ ਸੀ। ਲੇਖਕ ਨੂੰ ਲੱਗਦਾ ਸੀਗਾ ਵੀ ਉਹ ਅਰਦਲੀ ਬੇਗੁਨਾਹ ਸਨ। ਤਾਂ ਅੱਗੇ ਹੈ, ਨਵਾਂ ਮੇਜਰ ਲੇਖਕ ਤੋਂ ਕੀ ਕੰਮ ਲੈਣਾ ਚਾਹੁੰਦਾ ਸੀਗਾ? ਨਵਾਂ ਮੇਜਰ ਚਾਹੁੰਦਾ ਸੀ ਕਿ ਲੇਖਕ ਉਸਨੂੰ ਕੰਪਨੀ ਵਿੱਚ ਅੰਦਰ ਖਾਤੇ ਹੁੰਦੀਆਂ ਹੇਰਾ ਫੇਰੀਆਂ ਦੀਆਂ ਗੁਪਤ ਰਿਪੋਰਟਾਂ ਦਿੰਦਾ ਰਹੇ, ਭਾਵ ਉਹ ਉਸਨੂੰ ਮੁਖਬਰੀ ਕਰਨ ਦੇ ਕੰਮ 'ਤੇ ਲਾਉਣਾ ਚਾਹੁੰਦਾ ਸੀਗਾ। ਅਤੇ ਇਸ ਲਈ ਉਸਨੇ ਪਹਿਲਾਂ ਲੇਖਕ ਨੂੰ ਪੜੋਸਿਆ ਅਤੇ ਫਿਰ ਧਮਕਾਇਆ। ਤਾਂ ਲੇਖਕ ਅਨੁਸਾਰ ਕੰਪਨੀ ਵਿੱਚ ਅੰਦਰ ਖਾਤੇ ਕੀ ਕੀ ਹੇਰਾ ਫੇਰੀਆਂ ਹੁੰਦੀਆਂ ਸਨ? ਲੇਖਕ ਅਨੁਸਾਰ ਕੰਪਨੀ ਦੇ ਵਿੱਚ ਅੰਦਰ ਖਾਤੇ ਬੜੀਆਂ ਹੀ ਹੇਰਾ ਫੇਰੀਆਂ ਹੁੰਦੀਆਂ ਸੀ। ਪੈਟਰੋਲ ਵੇਚਿਆ ਜਾਂਦਾ ਸੀ, ਗੱਡੀਆਂ ਦੇ ਪੁਰਜੇ ਬਦਲ ਦਿੱਤੇ ਜਾਂਦੇ ਸਨ, ਰਾਸ਼ਨ ਵੇਚ ਦਿੱਤਾ ਜਾਂਦਾ ਸੀ, ਅਤੇ ਨਵੇਂ ਕੱਪੜੇ ਵੇਚ ਕੇ ਉਹਨਾਂ ਦੀ ਥਾਂ 'ਤੇ ਪੁਰਾਣੇ ਕੱਪੜੇ ਰੱਖ ਦਿੱਤੇ ਜਾਂਦੇ ਸਨ। ਤਾਂ ਮੇਜਰ ਸਾਹਿਬ ਅਤੇ ਲੇਖਕ ਵਿਚਕਾਰ ਤਲਖ ਕਲਾਮੀ ਕਿਉਂ ਹੋਈ? ਲੇਖਕ ਨੇ ਜਿਹੜਾ ਹੈ, ਕਿਉਂਕਿ ਮੇਜਰ ਸਾਹਿਬ ਨੇ ਉਹਨੂੰ ਕੀ ਕਿਹਾ ਸੀਗਾ ਬਈ ਕੰਪਨੀ ਦੇ ਅੰਦਰ ਹੁੰਦੀਆਂ ਹੇਰਾ ਫੇਰੀਆਂ ਬਾਰੇ ਉਹਨੂੰ ਗੁਪਤ ਸੂਚਨਾ ਦਿੰਦਾ ਰਹੇ, ਹੈ ਨਾ, ਪਰ ਉਹ ਮੰਨਿਆ ਨਹੀਂ ਹੈਗਾ। ਅਤੇ ਇਸ ਤੋਂ ਇਲਾਵਾ ਲੇਖਕ ਨੇ ਨਾ ਤਾਂ ਮੇਜਰ ਸਾਹਿਬ ਦੇ ਕਹੇ ਅਨੁਸਾਰ ਕੰਪਨੀ ਦੇ ਅੰਦਰ ਖਾਤੇ ਹੁੰਦੀਆਂ ਹੇਰਾ ਫੇਰੀ ਦੀਆਂ ਖਬਰਾਂ ਦੇਣ ਦੀ ਗੱਲ ਮੰਨੀ, ਅਤੇ ਨਾ ਹੀ ਇਹ ਮੰਨਿਆ ਕਿ ਉਸਨੇ ਇਹਨਾਂ ਹੇਰਾ ਫੇਰੀਆਂ ਸੰਬੰਧੀ ਕੰਪਨੀ ਦੇ ਵੱਡੇ ਅਫਸਰ ਨੂੰ ਕੋਈ ਚਿੱਠੀ ਲਿਖੀ ਹੈ। ਅਤੇ ਮੇਜਰ ਸਾਹਿਬ ਉਸਨੂੰ ਇਸ ਗੱਲ 'ਤੇ ਮਨਾਉਣਾ ਚਾਹੁੰਦਾ ਸੀ ਵੀ ਇਹ ਚਿੱਠੀਆਂ ਜਿਹੜੀਆਂ ਉੱਚੇ ਅਫਸਰਾਂ ਨੂੰ ਲਿਖੀਆਂ ਜਾ ਰਹੀਆਂ ਨੇ ਉਹ ਉਹਨੇ ਹੀ ਲਿਖੀਆਂ ਨੇ, ਪਰ ਉਹ ਨਹੀਂ ਸੀ ਮੰਨਿਆ ਕਿਉਂਕਿ ਉਹ ਲਿਖੀਆਂ ਹੀ ਨਹੀਂ ਸੀਗੀਆਂ। ਅਤੇ ਇਸ ਕਰਕੇ ਉਹਨਾਂ ਵਿਚਕਾਰ ਤਲਖ ਕਲਾਮੀ ਹੋ ਗਈ ਸੀ। ਮੇਜਰ ਸਾਹਿਬ ਨੇ ਲੇਖਕ ਨੂੰ ਕਿਉਂ ਇੱਜ਼ਤ ਆਬਰੂ ਨਾਲ ਵਿਦਾ ਕੀਤਾ? ਹੁਣ ਆਪਾਂ ਜਾਣਦੇ ਹੈਗੇ ਹਾਂ ਕਿ ਲੇਖਕ ਨੂੰ ਜਿਹੜਾ ਹੈ ਮੇਜਰ ਸਾਹਿਬ ਭਾਵੇਂ ਬੜਾ ਹੀ ਜਿਹੜਾ ਹੈ ਸ਼ੱਕੀ ਮਿਜਾਜ਼ ਵਾਲਾ ਵਿਅਕਤੀ ਸੀ, ਪਰ ਉਸਨੇ ਜਿਹੜਾ ਹੈ ਲੇਖਕ ਨੂੰ ਵਿਦਾਇਗੀ ਪਾਰਟੀ ਦੇ ਕੇ ਵਿਦਾ ਕੀਤਾ ਸੀਗਾ। ਜਿਵੇਂ ਆਪਾਂ ਪਹਿਲਾਂ ਹੀ ਪੜ੍ਹਿਆ ਵੀ ਰਾਮ ਨਾਰਾਇਣ ਨੂੰ ਤਾਂ ਬੇਇੱਜ਼ਤ ਕਰਕੇ ਕੱਢ ਦਿੱਤਾ ਗਿਆ ਸੀਗਾ। ਅਤੇ ਇੱਥੇ ਕੀ ਹੈ, ਕਿਉਂਕਿ ਮੇਜਰ ਸਾਹਿਬ ਨੂੰ ਲੱਗਿਆ ਕਿ ਲੇਖਕ ਝੂਠ ਨਹੀਂ ਬੋਲ ਰਿਹਾ, ਅਤੇ ਉਸਦਾ ਨਿਧੜਕ ਹੌਂਸਲਾ ਵੇਖ ਕੇ ਉਹਨੂੰ ਪਤਾ ਲੱਗ ਗਿਆ ਕਿ ਉਹ ਇੱਕ ਸੱਚਾ ਸੁੱਚਾ ਆਦਮੀ ਹੈਗਾ, ਜਿਸ ਕਰਕੇ ਉਸਨੂੰ ਇੱਜ਼ਤ ਆਬਰੂ ਦੇ ਨਾਲ ਪਾਰਟੀ ਦੇ ਕੇ ਤੁਰਿਆ। ਮੇਜਰ ਸਾਹਿਬ ਨੇ ਅੰਤ ਵਿੱਚ ਲੇਖਕ ਦੀ ਸ਼ਖਸੀਅਤ ਬਾਰੇ ਕੀ ਕਿਹਾ? ਉਸਨੇ ਲੇਖਕ ਨੂੰ ਕਿਹਾ ਕਿ ਜਾਂ ਤਾਂ ਤੂੰ ਬਹੁਤਾ ਹੀ ਚਲਾਕ ਵਿਅਕਤੀ ਹੈ, ਜਾਂ ਫਿਰ ਬਹੁਤ ਹੀ ਸਿੱਧਾ ਸਾਦਾ ਅਤੇ ਮਾਸੂਮ। ਅਗਲਾ ਪ੍ਰਸ਼ਨ ਹੈ, ਕੰਪਨੀ ਦੇ ਉੱਚੇ ਅਫਸਰਾਂ ਨੂੰ ਅਸਲ ਵਿੱਚ ਚਿੱਠੀਆਂ ਲਿਖਣ ਵਾਲਾ ਕੌਣ ਸੀ? ਸਭ ਤੋਂ ਮਹੱਤਵਪੂਰਨ ਕੁਐਸਚਨ ਹੈਗਾ ਵੀ ਜਿਹਦੇ ਕਰਕੇ ਪੰਗਾ ਪਿਆ ਸੀਗਾ। ਤਾਂ ਇਹ ਸੀਗਾ ਸੋਹਣ ਸਿੰਘ ਡਰਾਈਵਰ, ਜਿਹੜਾ ਕਿ ਕੰਪਨੀ ਦੀ ਨੌਕਰੀ ਛੱਡ ਚੁੱਕਿਆ ਸੀ ਅਤੇ ਕਦੇ ਕਦੇ ਉਹ ਇੱਥੇ ਕੰਪਨੀ 'ਚ ਗੇੜਾ ਮਾਰ ਜਾਂਦਾ ਸੀਗਾ, ਅਤੇ ਉਹ ਅੰਦਰਲੀਆਂ ਜਿਹੜੀਆਂ ਗੱਲਾਂ ਬਾਰੇ ਉੱਚੇ ਅਫਸਰਾਂ ਨੂੰ ਚਿੱਠੀਆਂ ਲਿਖਦਾ ਸੀਗਾ। ਅਤੇ ਇਹ ਗੱਲ ਉਸਨੇ ਮੇਜਰ ਸਾਹਿਬ ਨੂੰ ਵੀ ਦੱਸ ਦਿੱਤੀ ਸੀ ਜਦੋਂ ਜਿਹੜਾ ਹੈ ਲੇਖਕ ਨੌਕਰੀ ਤੋਂ ਛੁੱਟੀ ਕਰਕੇ ਦਿੱਲੀ ਜਾ ਚੁੱਕਿਆ ਸੀਗਾ। ਤਾਂ ਲੇਖਕ ਨੇ ਸਿਵਲ ਡਿਊਟੀ ਕੰਪਨੀ ਦੀ ਨੌਕਰੀ ਕਦੋਂ ਛੱਡੀ? 1949 ਈਸਵੀ ਦੇ ਵਿੱਚ। ਦੂਸਰਾ ਜਿਹੜਾ ਹੈ ਭਾਗ ਹੈ ਇਹਦਾ, ਭਾਵ 8ਵਾਂ ਭਾਗ, ਸੁੱਕੀ ਡਾਲ ਦੇ ਪੀਲੇ ਪੱਤਰ। ਹੁਣ ਇਸ ਦੇ ਪ੍ਰਸ਼ਨ ਉੱਤਰ, ਤਾਂ ਲੇਖਕ ਨੇ ਸਿਵਲ ਜੀਟੀ ਕੰਪਨੀ ਦੇ ਵਿੱਚ ਕਿੰਨਾ ਚਿਰ ਕੰਮ ਕੀਤਾ? ਕੁੱਲ 10 ਮਹੀਨੇ। ਤਾਂ ਸਵਰਨ ਸਿੰਘ ਸਿਵਲ ਜੀਟੀ ਕੰਪਨੀ ਨੂੰ ਛੱਡਣ ਮਗਰੋਂ ਕਿੱਥੇ ਨੌਕਰੀ ਕਰਨ ਲੱਗਿਆ ਸੀਗਾ? ਹੁਣ ਸਵਰਨ ਸਿੰਘ ਲੇਖਕ ਦਾ ਛੋਟਾ ਭਰਾ ਸੀਗਾ ਜਿਹੜਾ ਸਿਵਲ ਡਿਊਟੀ ਕੰਪਨੀ ਦੇ ਵਿੱਚ ਨੌਕਰੀ ਕਰਦਾ ਸੀ, ਅਤੇ ਫਿਰ ਲੇਖਕ ਨੂੰ ਉਹਦੇ ਕਰਕੇ ਹੀ ਇੱਥੇ ਨੌਕਰੀ ਮਿਲੀ ਸੀਗੀ। ਅਤੇ ਉਸਨੂੰ ਜਿਹੜਾ ਹੈ ਅੰਬਾਲਾ ਛਾਉਣੀ ਦੇ ਵਿੱਚ ਡਾਕਖਾਨੇ ਦੀ ਨੌਕਰੀ ਮਿਲ ਗਈ ਸੀਗੀ, ਇਸ ਕਰਕੇ ਉਸਨੇ ਜੀਟੀ ਕੰਪਨੀ ਤੋਂ ਨੌਕਰੀ ਛੱਡ ਕੇ ਉੱਥੇ ਰਹਿਣ ਲੱਗ ਪਿਆ।
लेखक नूं इरविन हस्पताल तों अपने बच्चे लई दवाई क्यों नहीं सी मिली। आपां इस भाग दे विच पढ़िया सीगा कि लेखक की बेटी जिहड़ी बड़ी ही बीमार सीगी, पैसे उहदे कोल है नहीं सी, ते इरविन हस्पताल जिथे समझा जांदा सी मुफ्त इलाज हुंदा उत्थे उह गया, पर उत्थे डॉक्टर ने की कहा भी रैड क्रॉस दीआं टिकटां खरीदो, इलाज भी हैगा इत्थे इलाज करवाउण वाले लई, तां पर उहदे कोल तां विचारे कोल टिकटां खरीदण लई पैसे नहीं सी, ते इस करके उह अपने बच्चे लई दवाई उत्थों उहनूं नहीं मिली। लेखक ने जो देखा कि हस्पताल का डॉक्टर मरीजों को रैड क्रॉस दी दो आने दी टिकटां ना खरीदन करके दवाई नहीं सी दे रहा, तो उसने रैड क्रॉस बारे की कहा, तो इहदा उत्तर की हैगा, लेखक ने कहा कि वार ही रैड क्रॉस, तू गरीबां दे लहू ते पड़दी है, मैनूं तां इह अज ही पता लग्गिया। हुण असलीयत की है वी देखो वी जिहड़ा है गरीबां दा जिहड़ा है इलाज करन लई हस्पताल सी उह, पर हुण डॉक्टर की कहिंदा भाई दो आने दी टिकटां पहलां खरीदो, हुण जे अगले कोल दो आने होणगे तां फिर अगला दवाई कितों भी लै सकदा ना, तां इस करके लेखक नूं लग्गिया भी रैड क्रॉस भी गरीबां दे लहू ते पड़दी है। लेखक दी बच्ची दी बीमारी कारण हालत किन्नी कु माड़ी सी, हुण आपां देखिया हैगा भी लेखक दी जिहड़ी बच्ची सी बहुत बीमार सी, ते उस नूं लूज मोशनस लगे हुए सीगे, ते उह बारी बारी जिहड़ी हैगी आ उहदे आले दुआले मक्खियां भिणक रहियां सी, बहुत ही बुरी अवस्था सीगी, ते उह लेखक दी बच्ची दी हालत बीमारी करके इन्नी माड़ी ते निराशाजनक सीगी कि उह मियां बीवी समझ रहे सीगे कि उह शाम तक मर जाएगी, ते इह देख के सोच रहे सन कि होर तां गल्लां दीआं गल्लां, घर विच पैसा कोई नहीं, ते जे उह मर गई तां उहदे लई कफ़न कित्थों लिआंदा जाएगा। तां लेखक दी किहड़ी किताब उस दीआं विच जिहड़ियां उस दीआं कवितावां छपियां सी उहदा नाम की हैगा, खुशबूआं। लेखक ने दिल्ली विच पंजाबी दे किहड़े अखबारां जां रसालियां विच काम कीता, तां जां फिर आपां इहदा प्रश्न दा प्रश्न इह भी हो सकदा महिंदर सिंह किहड़ा अखबार चलाउंदा सी, फतेह अते प्रीतम दो अखबार सीगे। तां लेखक ने प्रीतम दा एडिटर बणन दा सुपना कदों लिया सी, 4-5 साल पहलां, ते फतेह अते प्रीतम विच लेखक दी किन्नी तनखा लगी सी 100 रुपए। अगला जिहड़ा भाग है अखां विच सुपने लटकंदे, इस दे विच जिहड़े प्रश्न उत्तर ने उह हैगा, लेखक ने किहड़ी जमात विच पढ़दे आ प्रीतम विच पहली कविता छपाई सीगी जदों उह FA विच पढ़दा सीगा, ते अवतार सिंह आजाद किहड़ी अखबार दा संपादक सी, प्रीतम दा। लेखक ने दे अवचेतन मन दे विच की बणन दी चाह हमेशा छाई रही सी, जिवें आपां कहिंदे उहदे मन दा उद्देश की सीगा, असली इच्छा की सीगी अखबार दा एडिटर बणन दी, दो ही इच्छावां सी उहदियां, इक तां प्रोफेसर बणन दी ते इक सी अखबार दा एडिटर बणन दी। तां लेखक ने किहड़े मासिक पत्र दा डैकलेरेशन दाखिल कीता, तां इह तुहानूं याद होगा वी जदों उह पटियाले हैगा 1947 दे दंगियां तों बाद पटियाले चलिया गया सीगा रहिण कुछ चिर लई, तां फिर उत्थे उसने जिहड़ा है इक अखबार दा डैकलेरेशन दाखिल कीता सी, उहदा नाम सी रूप रेखा मासिक पत्र। त्रिलोक सिंह यात्री अखबारां लई किहड़ा काम करदा सीगा, हुण त्रिलोक सिंह यात्री फतेह अते प्रीतम दोनों अखबारां दे लई दिल्ली बंबई अते कलकत्ते तों इश्तिहार इकट्ठे करन तों इलावा फतेह दा संपादकी सफ़ा भी लिखदा हुंदा सी, ते फतेह अते प्रीतम उत्ते अखबार संपादक दे रूप विच किस किस दा नाम छपदा सीगा। फतेह उत्ते संपादक फतेह अखबार सी जिहड़ा उहदे उत्ते संपादक दे रूप विच त्रिलोक सिंह यात्री दा, अते प्रीतम उत्ते लेखक सुरिंदर सिंह बंजारा बेदी दा नाम छपदा सी। फिर बाद विच त्रिलोक सिंह यात्री नौकरी छड्ड गया, ते फिर दोहां पर्चियां उत्ते लेखक दा नाम छापिया जाण लग्गिया। हुण अगला प्रश्न है फतेह विच किहो जिही समगरी छपदी सी, हुण जिहड़ा फतेह अखबार सीगा उहदे विच किहड़ी समगरी छपदी सी, ਤਾਂ ਫਤਿਹ ਵਿੱਚ ਪੰਜਾਬ ਜਾਂ ਸਿੱਖ ਰਾਜਨੀਤੀ ਨਾਲ ਸੰਬੰਧਿਤ ਸਮੱਗਰੀ ਛਾਪੀ ਜਾਂਦੀ ਸੀਗੀ। ਤਾਂ ਲੇਖਕ ਨੂੰ ਪ੍ਰੀਤਮ ਵਿੱਚ ਪਹਿਲੀ ਵਾਰ ਮੁੱਖ ਲੇਖ ਲਿਖਣ ਲਈ ਕਿਹੜਾ ਵਿਸ਼ਾ ਸੁੱਝਿਆ, ਕਿਉਂਕਿ ਉਹਨੂੰ ਮਹਿੰਦਰ ਸਿੰਘ ਨੇ ਕਿਹਾ ਵੀ ਆ ਵਿਹਲੇ ਬੈਠ ਕੇ ਨਹੀਂ ਸਰਨਾ ਹੈਗਾ, ਤੈਨੂੰ ਸੰਪਾਦਕੀ ਲਈ ਲੇਖ ਲਿਖਣਾ ਪਊਗਾ, ਤਾਂ ਲੇਖਕ ਪਹਿਲਾਂ ਤਾਂ ਘਬਰਾਇਆ, ਪਰ ਫਿਰ ਉਸਨੇ ਜਿਹੜਾ ਹੈ ਕੋਸ਼ਿਸ਼ ਕੀਤੀ, ਅਤੇ ਫਿਰ ਉਹਨੇ ਕੀ ਲਿਖਿਆ ਮਨੁੱਖਤਾ ਕਿਹੜੇ ਰਾਹਾਂ ਉੱਤੇ, ਉਹਨੇ ਪਹਿਲਾਂ ਲੇਖ ਲਿਖਿਆ ਸੀਗਾ। ਲਾਲਾ ਜਗਤ ਨਾਰਾਇਣ ਕੌਣ ਸੀਗਾ, ਲਾਲਾ ਜਗਤ ਨਾਰਾਇਣ ਪ੍ਰਸਿੱਧ ਫਿਲਮ ਪ੍ਰੋਡਿਊਸਰ ਅਤੇ ਡਿਸਟ੍ਰੀਬਿਊਟਰ ਸੀਗੇ, ਅਤੇ ਨਾਲ ਹੀ ਉਹ ਜਗਤ ਸਿਨੇਮਾ ਦੇ ਮਾਲਕ ਸਨ। ਤਾਂ ਲੇਖਕ ਨੂੰ ਕਿਹੜੇ ਲੋਕ ਸਾਹਿਤਕ ਠੱਗ ਜਾਪਦੇ ਸਨ, ਤਾਂ ਹੁਣ ਜਦੋਂ ਅਖਬਾਰਾਂ ਨੇ ਚਲਾਈਆਂ ਤਾਂ ਉਹਨੇ ਦੇਖਿਆ ਵੀ ਕਈ ਲੋਕ ਅਜਿਹੇ ਹੁੰਦੇ ਨੇ ਵੀ ਜਿਹੜੇ ਕੁਛ ਕਰਕੇ ਤਾਂ ਰਾਜੀ ਨਹੀਂ, ਪਰ ਉਹਨਾਂ ਨੂੰ ਕਹਿੰਦੇ ਵੀ ਸਾਡਾ ਨਾਂ ਅਖਬਾਰ ਦੇ ਵਿੱਚ ਛਪ ਜਾਵੇ। ਹੁਣ ਉਹ ਕੀ ਕਹਿੰਦਾ ਹੈਗਾ ਕਿ ਲੇਖਕ ਨੂੰ ਸਾਹਿਤ ਦੇ ਉਹ ਲੋਕ ਸਾਹਿਤਕ ਠੱਗ ਜਾਪਦੇ ਸਨ ਜੋ ਪ੍ਰੀਤਮ ਵਿੱਚ ਆਨਰੇਰੀ ਸੰਪਾਦਕ ਦੇ ਤੌਰ 'ਤੇ ਆਪਣਾ ਨਾਂ ਛਪਾਉਣ ਲਈ ਹਾੜੇ ਕੱਢਦੇ ਫਿਰਦੇ ਸਨ।
ਤੇ ਉਹ ਇਸ ਅਖਬਾਰ ਦੇ ਮਾਲਕ ਨਾਰੰਗ ਸਾਹਿਬ ਨੂੰ ਕਹਿੰਦੇ ਸਨ ਕਿ ਉਹਨਾਂ ਨੂੰ ਦਾ ਨਾਂ ਉਸ ਪਰਚੇ ਵਿੱਚ ਦੇਣ ਦੇ ਨਾਲ ਉਹਨਾਂ ਦੇ ਪਰਚੇ ਦਾ ਮਾਣ ਸਨਮਾਨ ਹੋਰ ਵਧੇਗਾ। ਅਗਲਾ ਪ੍ਰਸ਼ਨ, ਨੇਤਾ ਕਿਸ ਕਿਸਮ ਦੇ ਲਿਖਾਰੀ ਫਤਿਹ ਪ੍ਰੀਤਮ ਵਿੱਚ ਕੀ ਛਪਾਉਣਾ ਚਾਹੁੰਦੇ ਸਨ? ਹੁਣ ਦੇਖੋ ਅਖਬਾਰ ਜਿਹੜਾ ਹੈ ਛਪਾਉਂਦਾ ਕੋਈ ਜਾਂ ਕਰਦਾ ਇਸ ਕੰਮ ਤਾਂ ਉਹਨੂੰ ਪਤਾ ਲੱਗਦਾ ਵਿੱਚ ਕੀ ਕੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਨੇ। ਤਾਂ ਜਿਹੜਾ ਨੇਤਾ ਕਿਸਮ ਦੇ ਲਿਖਾਰੀ ਨੇ ਉਹ ਕਹਿੰਦਾ ਫਤਿਹ ਪ੍ਰੀਤਮ ਅਖਬਾਰ ਦੇ ਵਿੱਚ ਚਾਹੁੰਦੇ ਸਨ ਵੀ ਉਹਨਾਂ ਦੀ ਚੰਗੀ ਮਾੜੀ ਰਚਨਾ ਕੋਈ ਵੀ ਹੋਵੇ ਛਾਪੀ ਜਾਂਦੀ ਰਹਿਣੀ ਚਾਹੀਦੀ, ਉਹਨਾਂ ਦਾ ਨਾਂ ਆਉਂਦਾ ਰਹਿਣਾ ਚਾਹੀਦਾ ਹੈਗਾ ਵੀ ਲਗਾਤਾਰ ਉਹਨਾਂ ਦਾ ਨਾਂ ਉਹਦੇ ਵਿੱਚ ਆਉਂਦਾ ਰਹੇ ਅਤੇ ਉਹ ਉਹਨਾਂ ਦਾ ਨਾਮ ਚੱਲਦਾ ਰਹੇ। ਤਾਂ ਅਗਲਾ ਪ੍ਰਸ਼ਨ ਹੈ, ਚੰਨਣ ਸਿੰਘ ਕੰਪੋਜ਼ੀਟਰ ਅਖਬਾਰ ਅਵਤਾਰ ਸਿੰਘ ਆਜ਼ਾਦ ਬਾਰੇ ਕੀ ਕਹਿੰਦਾ ਹੁੰਦਾ ਸੀ? ਹੁਣ ਇਸ ਅਖਬਾਰ ਦੇ ਵਿੱਚ ਪਹਿਲਾਂ ਅਵਤਾਰ ਸਿੰਘ ਆਜ਼ਾਦ ਕੰਮ ਕਰਦਾ ਸੀਗਾ, ਤਾਂ ਉਹਦੇ ਬਾਰੇ ਜਿਹੜਾ ਹੈ ਚੰਨਣ ਸਿੰਘ ਕੰਪੋਜ਼ੀਟਰ ਕਹਿੰਦਾ ਹੈ, ਕਿਉਂਕਿ ਲੇਖਕ ਦੀ ਜਿਹੜੀ ਪਹਿਲਾਂ ਸਪੀਡ ਸੀ ਲਿਖਣ ਦੀ, ਪਹਿਲਾਂ ਪੜ੍ਹਿਆ ਆਪਾਂ ਨੇ ਉਹਦੇ ਵਿੱਚ ਪਾਠ ਦੇ ਵਿੱਚ, ਬੜੀ ਘੱਟ ਸੀਗੀ ਵੀ ਉਹ ਕਹਿੰਦਾ ਮੈਨੂੰ ਕੋਈ ਇਸ ਤਰ੍ਹਾਂ ਦੀ ਗੱਲ ਔੜਦੀ ਹੋ ਨਹੀਂ ਸੀ ਜਿਹੜੀ ਅਖਬਾਰ ਵਿੱਚ ਲਿਖੀ ਜਾ ਸਕਦੀ ਹੋਵੇ। ਤਾਂ ਉਹ ਮੌਲਿਕ ਰਚਨਾਵਾਂ ਸਾਹਿਤਿਕ ਲਿਖ ਸਕਦਾ ਸੀਗਾ, ਹੈ ਨਾ, ਕਵਿਤਾਵਾਂ ਲਿਖ ਸਕਦਾ ਸੀਗਾ, ਤਾਂ ਪਹਿਲਾਂ ਉਹ ਤੋਂ ਨਹੀਂ ਸੀ ਇਸ ਤਰ੍ਹਾਂ ਲਿਖਿਆ ਜਾਂਦਾ ਉਹ। ਪਰ ਫਿਰ ਇਸ 'ਤੇ ਜਿਹੜਾ ਹੈ ਉਹ ਗਿਲਾ ਕਰਦਾ ਚੰਨਣ ਸਿੰਘ ਕੰਪੋਜ਼ੀਟਰ ਜਿਹੜਾ ਉਹ ਕੀ ਕਹਿੰਦਾ ਹੈ ਕਿ ਅਵਤਾਰ ਸਿੰਘ ਆਜ਼ਾਦ ਨੂੰ ਲਿਖਣ ਦੀ ਬੜੀ ਜਾਚ ਸੀ, ਉਹਨੂੰ ਬੜੀ ਮਹਾਰਤ ਸੀ, ਉਹ ਮਹਾਰਤ ਮੈਂ ਮੁੜ ਕਿਸੇ ਵਿੱਚ ਨਹੀਂ ਦੇਖੀ। ਉਹ ਲਿਖਦਾ ਜਾਂਦਾ ਸੀਗਾ ਅਤੇ ਅਸੀਂ ਉੱਪਰੋਂ ਕਾਗਜ਼ ਫਾੜ ਫਾੜ ਕੇ ਕੰਪੋਜ਼ ਕਰਦੇ ਜਾਂਦੇ ਸੀ। ਕਹਿਣ ਦਾ ਭਾਵ ਸੀਗਾ ਵੀ ਅਵਤਾਰ ਸਿੰਘ ਆਜ਼ਾਦ ਦੀ ਲਿਖਣ ਦੇ ਵਿੱਚ ਬੜੀ ਮਹਾਰਤ ਸੀਗੀ। ਅਤੇ ਅਗਲਾ ਪ੍ਰਸ਼ਨ ਹੈ, ਫਤਿਹ ਪ੍ਰੀਤਮ ਵਿੱਚ ਲੇਖਕ ਨੇ ਕੀ ਕੁਝ ਸਿੱਖਿਆ? ਫਤਿਹ ਪ੍ਰੀਤਮ ਦੇ ਵਿੱਚ ਲੇਖਕ ਨੇ ਬੜਾ ਕੁਝ ਸਿੱਖਿਆ, ਉਸਦੀ ਸੋਚ ਦੀਆਂ ਬੁਨਿਆਦਾਂ ਉੱਥੇ ਹੀ ਪੱਕੀਆਂ ਹੋਈਆਂ ਅਤੇ ਉਹ ਤੇਜ਼ੀ ਨਾਲ ਵੰਨ ਸੁਵੰਨੇ ਵਿਸ਼ਿਆਂ ਉੱਤੇ ਲਿਖਣ ਲੱਗਿਆ। ਇੱਥੇ ਉਸਨੂੰ ਲੋਕਾਂ ਅਤੇ ਸਥਿਤੀਆਂ ਬਾਰੇ ਬੜੇ ਹੀ ਅਨੁਭਵ ਪ੍ਰਾਪਤ ਹੋਏ। ਹੁਣ ਅਗਲਾ ਪ੍ਰਸ਼ਨ ਹੈ, ਜਦੋਂ ਲੇਖਕ ਨੇ ਪਾਕਿਸਤਾਨ ਨਾਲ ਛਿੜੀ ਜੰਗ ਬਾਰੇ ਜਜ਼ਬਾਤੀ ਅਤੇ ਭੜਕੀਲਾ ਲੇਖ ਲਿਖਿਆ ਤਾਂ ਉਸਦੇ ਦੋਸਤ ਮਨਮੋਹਨ ਸਿੰਘ ਨੇ ਉਹਨੂੰ ਕੀ ਸਲਾਹ ਦਿੱਤੀ? ਹੁਣ ਉਸਦੇ ਦੋਸਤ ਨੇ ਉਸਨੂੰ ਕਿਹਾ ਕਿ ਉਸਨੂੰ ਆਪਣੇ ਲੇਖ ਦੇ ਵਿੱਚ ਜੰਗ ਦੀ ਥਾਂ 'ਤੇ ਅਮਨ ਬਾਰੇ ਲਿਖਣਾ ਚਾਹੀਦਾ ਸੀ, ਅਮਨ ਦੀ ਪ੍ਰੇਰਣਾ ਦੇਣੀ ਚਾਹੀਦੀ ਸੀ, ਨਾ ਕਿ ਜੰਗ ਦੀ, ਕਿਉਂਕਿ ਜੰਗ ਦੇ ਨਾਲ ਮੁਲਕ ਤਬਾਹ ਹੋ ਜਾਂਦੇ ਨੇ ਅਤੇ ਹਜ਼ਾਰਾਂ ਹੀ ਨਿਰਦੋਸ਼ ਲੋਕ ਮਾਰੇ ਜਾਂਦੇ ਹੈਗੇ ਨੇ। ਤਾਂ ਲੇਖਕ ਦਾ ਦੋਸਤ ਮਨਮੋਹਨ ਸਿੰਘ ਕਿਹੋ ਜਿਹੇ ਵਿਚਾਰਾਂ ਵਾਲਾ ਵਿਅਕਤੀ ਸੀ? ਤਾਂ ਮਨਮੋਹਨ ਸਿੰਘ ਇੱਕ ਪ੍ਰੋਫੈਸਰ ਸੀਗਾ ਅਤੇ ਉਹ ਹਮੇਸ਼ਾ ਜੰਗ ਦਾ ਵਿਰੋਧੀ ਸੀਗਾ ਅਤੇ ਉਸਦੇ ਵਿਚਾਰ ਸਮਾਜਵਾਦੀ ਸੀਗੇ ਅਤੇ ਉਹ ਲੇਖਕ ਉਸਨੂੰ ਆਪਣਾ ਰਾਹਨੁਮਾ ਸਮਝਦਾ ਸੀ, ਭਾਵ ਉਹ ਤੋਂ ਬੜਾ ਹੀ ਕੁਛ ਉਸਨੇ ਜਿਹੜੀ ਹੈ ਰਹਿਨੁਮਾਈ ਲੈ ਕੇ ਉਹ ਕੰਮ ਕਰਦਾ ਸੀਗਾ। ਅਗਲਾ ਪ੍ਰਸ਼ਨ ਹੈ, ਮਨਮੋਹਨ ਸਿੰਘ ਅਨੁਸਾਰ ਕਿਹੜੇ ਬਜਟ ਲੋਕ ਵਿਰੋਧੀ ਹੁੰਦੇ ਹਨ? ਹੁਣ ਬਜਟ ਆਪਾਂ ਨੂੰ ਪਤਾ ਹੈ ਨਾ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਪਾਸ ਹੁੰਦੇ ਨੇ ਲੋਕ ਸਭਾ ਦੇ ਵਿੱਚ, ਹੈ ਨਾ। ਤਾਂ ਉਹ ਕਹਿੰਦਾ ਹੈਗਾ ਕਿ ਮਨਮੋਹਨ ਸਿੰਘ ਅਨੁਸਾਰ ਜਿਨ੍ਹਾਂ ਬਜਟਾਂ ਦੇ ਵਿੱਚ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਉੱਤੇ ਟੈਕਸ ਲੱਗੇ ਹੋਣ ਅਤੇ ਉਸਦਾ ਬੋਝ ਆਮ ਲੋਕਾਂ ਉੱਤੇ ਪੈਂਦਾ ਹੋਵੇ ਉਹ ਬਜਟ ਲੋਕ ਵਿਰੋਧੀ ਹੁੰਦੇ ਹੈਗੇ ਨੇ। ਅਤੇ ਅਗਲਾ ਪ੍ਰਸ਼ਨ, ਫਤਿਹ ਪ੍ਰੀਤਮ ਵਿੱਚ ਲੇਖਕ ਨੇ ਦੀ ਸਵੈ ਤ੍ਰਿਪਤੀ ਦੀ ਕੀ ਹਾਲਤ ਸੀ? ਹੁਣ ਸਵੈ ਤ੍ਰਿਪਤੀ ਕੀ ਹੁੰਦੀ ਆ ਵੀ ਮਨੁੱਖ ਦਾ ਮਨ ਦੇ ਵਿੱਚ ਕਿਹੜੇ ਬਲਬਲੇ ਨੇ, ਉਹ ਕੀ ਕੰਮ ਕਰਨਾ ਚਾਹੁੰਦਾ ਹੈ, ਕੀ ਉਹ ਕੰਮ ਕਰਕੇ ਖੁਸ਼ ਆ? ਤਾਂ ਇੱਥੇ ਇਹ ਦੱਸਿਆ ਹੈਗਾ ਕਿ ਫਤਿਹ ਪ੍ਰੀਤਮ ਦੇ ਵਿੱਚ ਲੇਖਕ ਇੰਨਾ ਲਿਖਦਾ ਸੀ ਕਿ ਉਸ ਵਿੱਚ ਮੌਲਿਕ ਸਾਹਿਤ ਰਚਨਾ ਕਰਨ ਵਾਸਤੇ ਨਾ ਤਾਂ ਸਮਾਂ ਹੁੰਦਾ ਸੀ ਅਤੇ ਨਾ ਹੀ ਚਾਅ ਹੁੰਦਾ ਸੀ ਅਤੇ ਉਹ ਆਪਣੇ ਅੰਦਰ ਦੀ ਕਿਸੇ ਡੂੰਘਾਈ ਨੂੰ ਨਹੀਂ ਸੀ ਛੋਹ ਸਕਦਾ, ਇਸ ਕਰਕੇ ਉਸ ਦੀ ਸਵੈ ਤ੍ਰਿਪਤੀ ਇੱਥੇ ਵੀ ਅਸੰਤੁਸ਼ਟ ਹੀ ਸੀ। ਜਿਵੇਂ ਉਹ ZTV ਕੰਪਨੀ ਦੇ ਵਿੱਚ ਸੀ ਨਾ, ਉਹ ਇੱਥੇ ਵੀ ਉਹ ਜਿਹੜਾ ਹੈ ਖੁਸ਼ ਨਹੀਂ ਸੀਗਾ। ਹੁਣ ਅਗਲਾ ਜਿਹੜਾ ਭਾਗ ਹੈ ਉਹਦਾ ਨਾਮ ਹੈ ਸੁਪਨੇ ਦਾ ਇੱਕ ਲੌਕਿਕ ਸੱਚ। ਅਵਤਾਰ ਸਿੰਘ ਆਜ਼ਾਦ ਨੇ ਲੇਖਕ ਨੂੰ ਕੀ ਕਿਹਾ? ਹੁਣ ਅਵਤਾਰ ਸਿੰਘ ਆਜ਼ਾਦ ਨੇ ਲੇਖਕ ਨੂੰ ਕਿਹਾ ਕਿ ਉਹ ਫਤਿਹ ਪ੍ਰੀਤਮ ਦੀ ਨੌਕਰੀ ਛੱਡ ਦੇਵੇ, ਕਿਉਂਕਿ ਇਸ ਵਿੱਚ ਉਹ ਜੋ ਕੁਝ ਲਿਖ ਰਿਹਾ ਹੈ ਉਸਦਾ ਮੁੱਲ ਵਕਤੀ ਹੈ, ਵਕਤੀ ਮਤਲਬ ਕੁਝ ਸਮੇਂ ਲਈ ਹੈ, ਫਿਰ ਬਾਅਦ ਵਿੱਚ ਨਹੀਂ ਰਹਿਣਾ ਹੈਗਾ, ਸਾਹਿਤਕ ਜਾਂ ਸਦੀਵੀ ਨਹੀਂ ਹੈਗਾ, ਨਾਲ ਹੀ ਉਹ ਇੰਨਾ ਵਕਤ ਖਾਊ ਹੈ ਕਿ ਉਸਦੇ ਅੰਦਰਲੀ ਮੌਲਿਕਤਾ ਖਤਮ ਹੋ ਜਾਵੇਗੀ। ਹੁਣ ਇਹਦਾ ਕੀ ਭਾਵ ਹੈਗਾ, ਜਿਵੇਂ ਆਪਾਂ ਦੇਖਦੇ ਹਾਂ ਕੋਈ ਵੀ ਰਚਨਾ ਪੜ੍ਹਦੇ ਹਾਂ, ਚਲੋ ਹੁਣ ਆਪਾਂ ਨਾ ਐਸੇ ਦੀ ਸਹਿਜੀਵਨੀ ਦੀ ਗੱਲ ਕਰੀਏ, ਗਲੀਏ ਚਿੱਕੜ ਦੂਰ ਕਰ, ਹੈ ਨਾ, ਆਪਾਂ ਜਦੋਂ ਮਰਜ਼ੀ ਪੜ੍ਹੀਏ ਇਹ ਹਮੇਸ਼ਾ ਸਦੀਵੀ ਹੈਗੀ ਆ, ਹੈ ਨਾ, ਉਹਦੇ 'ਤੇ ਸਾਡੇ 'ਤੇ ਪ੍ਰਭਾਵ ਪੈਂਦਾ ਹੈਗਾ, ਹੈ ਨਾ। ਫਿਰ ਜਿਹੜੇ ਅਖਬਾਰਾਂ ਦੇ ਵਿੱਚ ਜਿਹੜੇ ਲੇਖ ਹੁੰਦੇ ਨੇ ਜਾਂ ਕਿਸੇ ਤਰ੍ਹਾਂ, ਹੈ ਨਾ, ਲਿਖੇ ਜਾਂਦੇ ਨੇ, ਉਹਦੀ ਕੋਈ ਬਹੁਤੀ ਉਹ ਨਹੀਂ ਹੁੰਦੀ, ਆਪਾਂ ਹਮੇਸ਼ਾ ਨਹੀਂ ਉਹਨੂੰ ਜਿਹੜਾ ਉਸ ਢੰਗ ਨਾਲ ਪੜ੍ਹਦੇ ਹੈਗੇ। ਤਾਂ ਇਹ ਉਹਨੇ ਅਵਤਾਰ ਸਿੰਘ ਆਜ਼ਾਦ ਨੇ ਲੇਖਕ ਨੂੰ ਸਮਝਾਇਆ।
ਤੇ ਪੱਤਰਕਾਰੀ ਤੋਂ ਇਲਾਵਾ ਲੇਖਕ ਦਾ ਸੁਪਨਾ ਹੋਰ ਕਿਹੜੇ ਕੰਮ ਕਰਨ ਦਾ ਸੀ? ਹੁਣ ਪੱਤਰਕਾਰੀ ਤੋਂ ਇਲਾਵਾ ਲੇਖਕ ਦਾ ਇੱਕ ਹੋਰ ਸੁਪਨਾ ਕੀ ਸੀ? ਕਾਲਜ ਵਿੱਚ ਪੜ੍ਹਾਉਣ ਦਾ। ਤੇ ਫਤਿਹ ਪ੍ਰੀਤਮ ਦੀ ਐਡੀਟਰੀ ਸਮੇਂ ਲੇਖਕ ਦੀ ਆਮਦਨ ਕਿੰਨੀ ਕੁ ਸੀਗੀ? ਤੇ ਲੇਖਕ ਨੂੰ ਫਤਿਹ ਪ੍ਰੀਤਮ ਦੀ ਨੌਕਰੀ ਕਰਕੇ 140 ਰੁਪਏ ਮਿਲਦੇ ਸਨ ਤੇ 60 ਰੁਪਏ ਉਹ ਕੋਚਿੰਗ ਸੈਂਟਰਾਂ ਦੇ ਵਿੱਚ ਪੜ੍ਹਾ ਕੇ ਕਮਾ ਲੈਂਦਾ ਸੀ। ਮਨੋਹਰ ਸਿੰਘ ਕੌਣ ਸੀ? ਮਨੋਹਰ ਸਿੰਘ ਲੇਖਕ ਦੇ ਦਫ਼ਤਰ ਦੇ ਵਿੱਚ ਇੱਕ ਕਲਰਕ ਸੀਗਾ ਤੇ ਉਹ ਲੇਖਕ ਵਾਲੇ ਮਕਾਨ ਵਿੱਚ ਹੀ ਰਹਿੰਦਾ ਸੀ ਅਤੇ ਲੇਖਕ ਨੇ ਹੀ ਉਸ ਨੂੰ ਫਤਿਹ ਵਿੱਚ ਕੰਮ ਤੇ ਰਖਵਾਇਆ ਸੀਗਾ। ਤਾਂ ਲੇਖਕ ਨੇ ਫਤਿਹ ਪ੍ਰੀਤਮ ਦੇ ਵਿੱਚ ਕਿੰਨੇ ਸਾਲ ਨੌਕਰੀ ਕੀਤੀ? 3.5 ਸਾਲ। ਲੇਖਕ ਨੂੰ ਆਪਣੇ ਆਪਣੀ ਪਤਨੀ ਨੂੰ ਇਹ ਕਿਉਂ ਕਿਹਾ? ਸਰਗੀ ਵਾਲਾ ਸੁਪਨਾ ਸੱਚ ਨਿਕਲਿਆ। ਹੁਣ ਆਪਾਂ ਇਸ ਭਾਗ ਦੇ ਵਿੱਚ ਪੜ੍ਹਿਆ ਸੀਗਾ ਵੀ ਕਿਸ ਤਰ੍ਹਾਂ ਲੇਖਕ ਨੂੰ ਇੱਕ ਸੁਪਨਾ ਆਉਂਦਾ ਹੈਗਾ ਕਿ ਉਸ ਨੂੰ ਜਿਹੜਾ ਹੈ ਪ੍ਰੋਪਰ ਉਹਦੇ ਵਿੱਚ ਦੱਸਿਆ ਹੈ ਵੀ ਜਿਹੜਾ ਹੈ ਅੱਜ ਉਹਦੀ ਥਾਂ 'ਤੇ ਜਿਹੜਾ ਹੈ ਉਹਨੂੰ ਨੌਕਰੀ ਤੋਂ ਜਵਾਬ ਮਿਲ ਜਾਣਾ ਹੈਗਾ। ਤਾਂ ਇਹਨੂੰ ਸੁਪਨਾ ਆਇਆ ਸੀਗਾ। ਹਰ ਚੀਜ਼ ਉਸ ਤਰ੍ਹਾਂ ਹੋਈ ਜਿਸ ਤਰ੍ਹਾਂ ਮਤਲਬ ਅਸਲ 'ਚ ਹੋਈ, ਉਵੇਂ ਉਹਨੂੰ ਸੁਪਨੇ 'ਚ ਨਜ਼ਰ ਆਈ। ਤਾਂ ਫਿਰ ਇੱਥੇ ਉਹਨੇ ਆਪਣੀ ਪਤਨੀ ਨੂੰ ਕੀ ਕਿਹਾ ਕਿ ਕਿਉਂਕਿ ਲੇਖਕ ਨਾਲ ਘਰੋਂ ਦਫ਼ਤਰ ਤੱਕ ਜਾਣ ਅਤੇ ਫਿਰ ਨੌਕਰੀ ਤੋਂ ਜਵਾਬ ਮਿਲਣ ਸੰਬੰਧੀ ਸਾਰੀਆਂ ਘਟਨਾਵਾਂ ਉਵੇਂ ਵਾਪਰੀਆਂ ਜਿਵੇਂ ਉਸਨੂੰ ਸਰਗੀ ਵਾਲੇ ਆਏ ਸੁਪਨੇ ਦੇ ਵਿੱਚ ਵਾਪਰੀਆਂ ਸੀ। ਅਤੇ ਇਸੇ ਕਰਕੇ ਲੇਖਕ ਨੇ ਆਪਣੀ ਪਤਨੀ ਨੂੰ ਜਿਹੜਾ ਹੈ ਘਰ ਆ ਕੇ ਦੱਸਿਆ ਕਿ ਸਰਗੀ ਵਾਲਾ ਸੁਪਨਾ ਸੱਚ ਹੋ ਗਿਆ ਹੈ। ਤਾਂ ਲੇਖਕ ਨੇ ਫਤਿਹ ਪ੍ਰੀਤਮ ਦੀ ਨੌਕਰੀ ਕਦੋਂ ਛੱਡੀ? 1953 ਦੇ ਵਿੱਚ। ਹੁਣ ਕਾਰਨ ਕੀ ਸੀਗਾ? ਵੀ ਉਹਦੇ 'ਚੋਂ ਜਿਹੜਾ ਹੈ ਆਰਥਿਕ ਮੰਦਹਾਲੀ ਕਰਕੇ ਇਹ ਅਖ਼ਬਾਰ ਬੰਦ ਕਰਨੇ ਪਏ ਸੀ, ਇਸ ਕਰਕੇ ਜਿਹੜੀ ਹੈ ਉਹਦੀ ਨੌਕਰੀ ਛੁੱਟੀ ਹੈਗੀ ਆ। ਤਾਂ ਅਗਲਾ ਜਿਹੜਾ ਪ੍ਰਸ਼ਨ ਹੈ ਉਹ ਹੈ ਭਾਗ ਸੀਗਾ ਆਪਣਾ 5ਵਾਂ, ਉਹਦਾ ਨਾਮ ਹੈ ਆਪਣੀ ਸੋਚ ਦੇ ਗਹਿਰੇ ਸਾਏ। ਤਾਂ ਇੱਥੇ ਜਿਹੜਾ ਹੈ ਇਸ ਭਾਗ ਦੇ ਵਿੱਚ ਲੇਖਕ ਨੇ ਦੱਸਿਆ ਵੀ ਉਹ ਪੜ੍ਹਾਈ ਦੇ ਸਮੇਂ, ਸਕੂਲ ਦੇ ਸਮੇਂ ਜਾਂ ਕਿ ਕਾਲਜ ਦੇ ਸਮੇਂ ਉਹਦੇ ਮਨ ਦੇ ਵਿੱਚ ਕਿਹੜੀਆਂ ਗੱਲਾਂ ਵਾਪਰਦੀਆਂ ਸੀ। ਤਾਂ ਲੇਖਕ ਰਾਵਲਪਿੰਡੀ ਕਿਹੜੇ ਸਕੂਲ 'ਚ ਪੜ੍ਹਦਾ ਸੀ? ਖਾਲਸਾ ਸਕੂਲ ਦੇ ਵਿੱਚ। ਅਤੇ ਰਾਵਲਪਿੰਡੀ ਖਾਲਸਾ ਸਕੂਲ ਦੇ ਕਿਸ ਮਾਸਟਰ ਤੋਂ ਲੇਖਕ ਪ੍ਰਭਾਵਿਤ ਹੋਇਆ ਸੀਗਾ? ਅਰਜਨ ਸਿੰਘ ਤੋਂ। ਅਤੇ ਅਰਜਨ ਸਿੰਘ ਕਿਸ ਵਿਸ਼ੇ ਦਾ ਮਾਸਟਰ ਸੀਗਾ? ਹਿਸਾਬ ਦਾ। ਅਤੇ ਲੇਖਕ ਦੀ ਕਿਹੜੇ ਵਿਸ਼ੇ ਵਿੱਚ ਬਹੁਤ ਦਿਲਚਸਪੀ ਸੀਗੀ? ਹਿਸਾਬ ਦੇ ਵਿੱਚ। ਮਾਸਟਰ ਅਰਜਨ ਸਿੰਘ ਨੇ ਕਿਸ ਵਿਸ਼ੇ ਉੱਤੇ ਪੁਸਤਕਾਂ ਲਿਖੀਆਂ? ਹਿਸਾਬ ਅਤੇ ਜੋਮੈਟਰੀ ਉੱਤੇ। ਅਤੇ ਲੇਖਕ ਦੀ ਨਜ਼ਰ ਵਿੱਚ ਕਿਤਾਬਾਂ ਲਿਖਣ ਵਾਲਾ ਵਿਅਕਤੀ ਕਿਹੋ ਜਿਹਾ ਹੁੰਦਾ ਹੈ? ਹੁਣ ਲੇਖਕ ਦੀ ਨਜ਼ਰ ਵਿੱਚ ਕਿਤਾਬਾਂ ਲਿਖਣ ਵਾਲਾ ਆਦਮੀ ਅਸਮਾਨ ਵਿੱਚ ਫੈਲੇ ਤਾਰਿਆਂ ਵਰਗਾ ਹੁੰਦਾ ਹੈ ਅਤੇ ਆਮ ਲੋਕ ਤਾਂ ਉਹ ਉਹਨਾਂ ਦੇ ਗਿੱਟਿਆਂ ਤੱਕ ਪਹੁੰਚਿਆ ਹੀ ਸਮਝਦਾ ਸੀਗਾ। ਤਾਂ ਲੇਖਕ ਕਾਲਜ ਦੇ ਵਿੱਚ ਕਿਹੜੇ ਪ੍ਰੋਫੈਸਰ ਤੋਂ ਪ੍ਰਭਾਵਿਤ ਹੋਇਆ? ਜਾਂ ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਲੇਖਕ ਦਾ ਡਾਕਟਰ ਗੋਪਾਲ ਸਿੰਘ ਦਰਦੀ ਨਾਲ ਕਿਸ ਤਰ੍ਹਾਂ ਮੇਲ ਹੋਇਆ? ਲੇਖਕ ਦਾ ਡਾਕਟਰ ਗੋਪਾਲ ਸਿੰਘ ਦਰਦੀ ਦੇ ਨਾਲ ਮੇਲ ਰਾਵਲਪਿੰਡੀ ਕਾਲਜ ਦੇ ਵਿੱਚ ਜਦੋਂ ਪੜ੍ਹਦਾ ਸੀ, ਕਾਲਜ 'ਚ ਪੜ੍ਹਦਾ ਸੀ, ਅਤੇ ਉਹ ਉੱਥੇ ਉਹਨਾਂ ਨੂੰ ਅੰਗਰੇਜ਼ੀ ਅਤੇ ਪੰਜਾਬੀ ਪੜ੍ਹਾਉਂਦੇ ਸੀ ਡਾਕਟਰ ਗੋਪਾਲ ਸਿੰਘ ਦਰਦੀ। ਅਤੇ ਉਹਨਾਂ ਦੀ ਵਿਲੱਖਣ ਸ਼ਖਸੀਅਤ ਤੋਂ ਲੇਖਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਅਤੇ ਲੇਖਕ ਉੱਤੇ ਡਾਕਟਰ ਗੋਪਾਲ ਸਿੰਘ ਦਰਦੀ ਦੀ ਸ਼ਖਸੀਅਤ ਦਾ ਕੀ ਅਸਰ ਹੋਇਆ? ਡਾਕਟਰ ਗੋਪਾਲ ਸਿੰਘ ਦਰਦੀ ਕਾਲਜ ਵਿੱਚ ਲੇਖਕ ਹੋਰਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਪੜ੍ਹਾਉਂਦੇ ਸੀਗੇ ਅਤੇ ਉਹਨਾਂ ਦੀ ਵਿਲੱਖਣਤਾ ਅਤੇ ਰਚਨਾਤਮਕਤਾ ਦਾ ਲੇਖਕ ਉੱਤੇ ਬਹੁਤ ਪ੍ਰਭਾਵ ਹੋਇਆ। ਅਤੇ ਫਿਰ ਲੇਖਕ ਨੇ ਉਹਨਾਂ ਨੂੰ ਵੇਖ ਕੇ ਹੀ ਸੋਚਿਆ ਕਿ ਜਿਹੜਾ ਹੈ ਲਿਖਣਾ, ਪੜ੍ਹਨਾ ਅਤੇ ਪੜ੍ਹਾਉਣਾ ਹੀ ਮੇਰੀ ਜ਼ਿੰਦਗੀ ਦਾ ਉਦੇਸ਼ ਹੈ। ਉਹਨੇ ਆਪਣੇ ਮਨ 'ਚ ਫੈਸਲਾ ਕਰ ਲਿਆ ਉਹਨਾਂ ਨੂੰ ਵੇਖ ਕੇ। ਤਾਂ ਲੇਖਕ ਕਾਲਜ ਵਿੱਚ ਪੜ੍ਹਦਿਆਂ ਲੇਖਕ ਦੇ ਮਨ ਵਿੱਚ ਕਿਹੜੇ 3 ਸ਼ੌਂਕ ਰਿੰਗਣ ਲੱਗੇ? ਲੇਖਕ ਦੇ ਮਨ ਵਿੱਚ ਇਹ 3 ਸ਼ੌਂਕ ਜਿਹੜਾ ਪੈਦਾ ਹੋਏ, ਰੱਜ ਕੇ ਪੜ੍ਹਨਾ, ਰੱਜ ਕੇ ਲਿਖਣਾ ਅਤੇ ਰੱਜ ਕੇ ਪੜ੍ਹਾਉਣਾ। ਤਾਂ ਲੇਖਕ ਦੇ ਪਿਤਾ ਜੀ ਦੀ ਬੇਵਕਤੀ ਮੌਤ ਦਾ ਲੇਖਕ ਦੇ ਜੀਵਨ ਉੱਤੇ ਕੀ ਅਸਰ ਹੋਇਆ? ਹੁਣ ਦੇਖੋ ਆਪਾਂ ਦੇਖਿਆ ਕਾਲਜ ਪੜ੍ਹ ਰਹੇ ਸੀਗੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਿੱਡੇ ਕਿੱਡੇ ਸੁਪਨੇ ਸੀਗੇ, ਪਰ ਕੀ ਹੋਇਆ? ਅਚਾਨਕ ਕੀ ਹੋ ਗਿਆ? ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਸ ਨੂੰ ਜਿਹੜਾ ਹੈ ਜਿਸ ਕਰਕੇ ਲੇਖਕ ਨੂੰ ਕਾਲਜ ਦੀ ਪੜ੍ਹਾਈ ਛੱਡ ਕੇ ਬੈਂਕ ਵਿੱਚ ਨੌਕਰੀ ਕਰਨੀ ਪਈ। ਅਗਲਾ ਪ੍ਰਸ਼ਨ, ਲੇਖਕ ਦਾ ਕਿਸੇ ਨੌਕਰੀ ਉੱਤੇ ਮਨ ਕਿਉਂ ਨਹੀਂ ਸੀ ਟਿਕਦਾ? ਕਿਉਂਕਿ ਲੇਖਕ ਦੇ ਮਨ ਦੇ ਵਿੱਚ ਇਹ ਖਾਹਿਸ਼ ਚੰਗਿਆੜੀ ਬਣ ਕੇ ਭੜਕਦੀ ਸੀਗੀ ਕਿ ਉਹ ਕਾਲਜ ਵਿੱਚ ਪੜ੍ਹਾਵੇਗਾ। ਅਤੇ ਪੰਜਾਬ ਯੂਨੀਵਰਸਿਟੀ ਨੇ MA ਦੀ ਪੜ੍ਹਾਈ ਕਦੋਂ ਸ਼ੁਰੂ ਕੀਤੀ? 1950 ਈਸਵੀ ਦੇ ਵਿੱਚ। MA ਦੀ ਪੜ੍ਹਾਈ ਸਮੇਂ ਲੇਖਕ ਕਿਹੜੇ ਅਖਬਾਰਾਂ ਸੰਪਾਦਕ ਸੀਗਾ? ਫਤਿਹ ਪ੍ਰੀਤਮ ਦਾ। ਅਤੇ MA ਪੰਜਾਬੀ ਦੀ ਪ੍ਰੀਖਿਆ ਦੇ ਵਿੱਚ ਲੇਖਕ ਦੀ ਕਿੰਨੇ ਨੰਬਰਾਂ ਪਿੱਛੇ? ਸੈਕਿੰਡ ਡਿਵੀਜ਼ਨ ਰਹਿ ਗਈ ਸੀ 6-7 ਨੰਬਰਾਂ ਪਿੱਛੇ। ਲੇਖਕ ਨੇ ਕਿਸ ਵਿਸ਼ੇ ਉੱਤੇ PhD ਕਰਨੀ ਆਰੰਭ ਕੀਤੀ ਅਤੇ ਉਸਨੂੰ ਆਪਣਾ ਖੋਜ ਨਿਬੰਧ ਕਿਹੜੀ ਭਾਸ਼ਾ ਦੇ ਵਿੱਚ ਲਿਖਣਾ ਸੀ? ਲੇਖਕ ਨੇ ਪੰਜਾਬ ਦੇ ਲੋਕ ਸਾਹਿਤ ਵਿਸ਼ੇ ਉੱਤੇ PhD ਕਰਨੀ ਆਰੰਭ ਕੀਤੀ ਅਤੇ ਉਸਨੇ ਆਪਣਾ ਖੋਜ ਨਿਬੰਧ ਅੰਗਰੇਜ਼ੀ ਦੇ ਵਿੱਚ ਲਿਖਣਾ ਸੀਗਾ।
ਅਤੇ ਪੀ ਐੱਚ ਡੀ ਕਰਨ ਲਈ ਲੇਖਕ ਦਾ ਕੰਮ ਸੌਖਾ ਕਿਉਂ ਨਹੀਂ ਸੀ? ਇਸਦਾ ਕਾਰਨ ਸੀਗਾ ਕਿ ਪੰਜਾਬ ਦੇ ਲੋਕ ਸਾਹਿਤ ਬਾਰੇ ਕੱਚੀ ਸਮੱਗਰੀ ਖੁਦ ਇਕੱਠੀ ਕਰਨੀ ਪੈਣੀ ਸੀ, ਅਤੇ ਦੂਜਾ ਇਸ ਵਿਸ਼ੇ ਨਾਲ ਸੰਬੰਧਿਤ ਸਿਧਾਂਤਕ ਪੁਸਤਕਾਂ ਅੰਗਰੇਜ਼ੀ ਵਿੱਚ ਬੜੀਆਂ ਘੱਟ ਮਿਲਦੀਆਂ ਸਨ। ਅਤੇ ਲੇਖਕ ਦੇ ਕਿੰਨੇ ਵਿੱਚ ਸਨ? ਚਾਰ। ਗਿਆਨੀ ਹਰਦਿੱਤ ਸਿੰਘ ਸੁਤੰਤਰ ਕੌਣ ਸੀ? ਗਿਆਨੀ ਹਰਦਿੱਤ ਸਿੰਘ ਸੁਤੰਤਰ ਗਿਆਨੀ ਦੀਆਂ ਕਲਾਸਾਂ ਪੜ੍ਹਾਉਂਦਾ ਸੀ, ਅਤੇ ਉਸ ਨੇ ਲੇਖਕ ਨੂੰ ਇੱਕ ਪ੍ਰਾਈਵੇਟ ਕੋਚਿੰਗ ਕਾਲਜ ਦੇ ਵਿੱਚ ਕੁਝ ਕਲਾਸਾਂ ਵੀ ਦਵਾਈਆਂ ਸੀਗੀਆਂ। ਅਤੇ ਪੰਜਾਬੀ ਦੇ ਲੋਕ ਸਾਹਿਤ ਦਾ ਅਧਿਐਨ ਕਰਦਿਆਂ ਕਿਹੜੇ ਵਿਸ਼ਵ ਕੋਸ਼ ਦਾ ਆਰੰਭ ਹੋਇਆ? ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਦਾ। ਅਤੇ ਕਿਹੜੀ ਪੁਸਤਕ ਲੇਖਕ ਦਾ ਧਰਮ, ਪੂਜਾ ਅਤੇ ਇਸ਼ਟ ਬਣ ਗਈ? ਸਟੈਂਡਰਡ ਫੋਕਲੋਰ ਡਿਕਸ਼ਨਰੀ। ਤਾਂ ਲੋਕਧਾਰਾ ਨੂੰ ਇਕੱਠਿਆ ਕਰਨ ਦੇ ਲਈ ਲੇਖਕ ਨੂੰ ਬਹੁਤੀ ਸਮੱਗਰੀ ਕਿੱਥੋਂ ਪ੍ਰਾਪਤ ਹੁੰਦੀ ਸੀ? ਦਿੱਲੀ ਵਿਖੇ ਕਾਲੀ ਮਸਜਿਦ ਖੇਤਰ ਵਿੱਚ ਧਨੀ ਪੋਠੋਹਾਰ, ਮੁਲਤਾਨ ਅਤੇ ਸ਼ਾਹਪੁਰ ਤੋਂ ਆਏ ਸ਼ਰਨਾਰਥੀਆਂ ਤੋਂ। ਅਤੇ ਲੇਖਕ ਦੀ ਲੋਕਧਾਰਾ ਬਾਰੇ ਜਾਣਕਾਰੀ ਦਾ ਆਧਾਰ ਪੁਸਤਕਾਂ ਸਨ ਜਾਂ ਲੋਕ ਸੰਸਕ੍ਰਿਤੀ? ਹੁਣ ਇਹਦਾ ਉੱਤਰ ਕੀ ਹੈ? ਲੋਕ ਸੰਸਕ੍ਰਿਤੀ। ਲੇਖਕ ਦੀ ਪਤਨੀ ਨੇ ਉਸਨੂੰ ਸਾਈਕਲ ਖਰੀਦਣ ਲਈ ਕੀ ਦਿੱਤਾ? ਆਪਣਾ ਸੋਨੇ ਦਾ ਹਾਰ। ਤਾਂ ਅਗਲਾ ਪ੍ਰਸ਼ਨ ਹੈ, ਕਿਸ ਦਾ ਗੀਤ ਸੁਣ ਕੇ ਲੇਖਕ ਨੂੰ ਅਨੁਭਵ ਹੋਇਆ ਕਿ ਲੋਕ ਗੀਤਾਂ ਦੇ ਵਿੱਚ ਸੁੱਤੀ ਧੁਨੀ ਉਸਦਾ ਅਸਲ ਟੂਣਾ ਹੁੰਦੀ ਹੈ? ਮੁਲਤਾਨੀ ਪਰਿਵਾਰ ਦੀ ਲੜਕੀ ਪੁਸ਼ਪਾ ਦਾ। ਪੁਸ਼ਪਾ ਦੇ ਮੂੰਹੋਂ ਸੁਰੀਲਾ ਲੋਕ ਗੀਤ ਸੁਣ ਕੇ ਲੇਖਕ ਨੂੰ ਪਹਿਲੀ ਵਾਰ ਕੀ ਸੋਝੀ ਹੋਈ? ਲੇਖਕ ਨੂੰ ਸੋਝੀ ਹੋਈ ਕਿ ਲੋਕ ਗੀਤਾਂ ਦੇ ਵਿੱਚ ਜਿਹੜੀ ਧੁਨੀ ਸੁੱਤੀ ਪਈ ਹੁੰਦੀ ਹੈ ਅਤੇ ਉਹੀ ਉਸਦਾ ਅਸਲ ਟੂਣਾ ਹੁੰਦੀ ਹੈ। ਕਿਸ ਵਿਅਕਤੀ ਤੋਂ ਲੋਕ ਸਾਹਿਤ ਇਕੱਠਾ ਕਰਨ ਦੀ ਲੇਖਕ ਦੀ ਇੱਛਾ ਪੂਰੀ ਨਾ ਹੋਈ? ਕਿ ਮੁਲਤਾਨੀ ਬੁੱਢੇ ਤੋਂ। ਅਤੇ ਮੁਲਤਾਨੀ ਬੁੱਢੇ ਕੋਲ ਲੋਕ ਸਾਹਿਤ ਦਾ ਕੀ ਕੁਝ ਸੰਭਾਲਿਆ ਹੋਇਆ ਸੀ ਅਤੇ ਉਹ ਕੀ ਕੰਮ ਕਰਦਾ ਸੀ? ਹੁਣ ਮੁਲਤਾਨੀ ਬੁੱਢਾ ਕਿਧਰੋਂ ਲੱਕੜਾਂ ਕੱਟ ਕੇ ਲਿਆਉਂਦਾ ਸੀ ਅਤੇ ਮੁਹੱਲੇ ਦੇ ਘਰਾਂ ਦੇ ਵਿੱਚ ਵੇਚਦਾ ਸੀ, ਗੁਜ਼ਾਰਾ ਕਰਦਾ ਸੀ? ਉਸਦੇ ਕੋਠੇ ਜਿਹੜੇ ਮੁੰਡੇ ਸੀ ਪਰ ਉਹ ਨਿਕੰਮੇ ਸੀਗੇ, ਅਤੇ ਉਸ ਬੁੱਢੇ ਨੂੰ ਬਹੁਤ ਸਾਰੇ ਲੋਕ ਗੀਤ ਅਤੇ ਕਹਾਣੀਆਂ ਯਾਦ ਸੀਗੇ ਅਤੇ ਉਸਦੀ ਹਰੇਕ ਗੱਲ ਦੇ ਵਿੱਚੋਂ ਅਖਾਣ ਝੜਦੇ ਸਨ। ਅਤੇ ਉਸ ਪੋਠੋਹਾਰਨ ਦਾ ਕੀ ਨਾਮ ਸੀ ਜਿਸ ਤੋਂ ਲੇਖਕ ਨੇ ਬਹੁਤ ਸਾਰੇ ਗੀਤ ਇਕੱਠੇ ਕੀਤੇ? ਉਹਦਾ ਨਾਮ ਸੀ ਪ੍ਰਕਾਸ਼। ਅਤੇ ਲੇਖਕ ਨੇ ਉਹ ਲਾਉਣੀਆਂ ਕਿਸ ਤੋਂ ਸੁੱਖੀਆਂ? ਆਪਣੀ ਸੱਸ ਤੋਂ। ਅਤੇ ਉਹਨੇ ਲੇਖਕ ਨੇ ਸੱਸ ਨੇ ਉਸਨੂੰ ਉਲਾਉਣੀਆਂ ਲਿਖਾਉਣ ਲਈ ਕੀ ਕੀਤਾ, ਕਿਸ ਤਰੀਕੇ ਨਾਲ ਲਿਖਾਈਆਂ? ਲੇਖਕ ਦੀ ਸੱਸ ਵਿਹੜੇ ਵਿੱਚ ਇੱਕ ਪਾਸੇ ਦਰੀ ਵਿਛਾ ਕੇ ਬੈਠ ਗਈ ਅਤੇ ਦੋ ਤਿੰਨ ਸਾਲ ਪਹਿਲਾਂ ਆਪਣੇ ਸਵਰਗਵਾਸ ਹੋਏ ਪੁੱਤਰ ਨੂੰ ਯਾਦ ਕਰਕੇ ਰੋਂਦੀ ਹੋਈ ਬੈਣ ਪਾਉਣ ਲੱਗੀ, ਅਤੇ ਫਿਰ ਲੇਖਕ ਉਸਦੀਆਂ ਜਿਹੜੇ ਉਲਾਉਣੀਆਂ ਸੀਗੀਆਂ ਉਹ ਲਿਖਣ ਲੱਗ ਪਏ। ਤਾਂ ਲੇਖਕ ਨੇ ਜਿਹੜਾ ਹੈ ਲੋਕ ਗੀਤ ਉਲਾਉਣੀਆਂ ਆਦਿ ਦੀ ਪੁਸਤਕ ਕਿਹੜੀ ਲਿਖੀ ਹੈ? ਪੰਜਾਬ ਦਾ ਲੋਕ ਸਾਹਿਤ। ਅਤੇ ਉਸਨੇ ਜਿਹੜਾ ਹੈ ਆਪਣੇ ਸਾਕ ਸੰਬੰਧੀਆਂ ਤੋਂ ਸੁਣੀਆਂ ਕਹਾਣੀਆਂ ਕਿਹੜੀ ਪੁਸਤਕ ਵਿੱਚ ਛਪਾਈਆਂ? ਪੰਜਾਬ ਦੀਆਂ ਲੋਕ ਕਹਾਣੀਆਂ। ਅਤੇ ਅਖਾਣ ਕਿਹੜੀ ਪੁਸਤਕ ਵਿੱਚ ਛਪਾਏ? ਲੋਕ ਆਖਦੇ ਹਨ। ਲੇਖਕ ਦੁਆਰਾ ਇਕੱਤਰ ਕੀਤੇ ਅਖਾਣਾਂ ਵਿੱਚੋਂ ਕੋਈ ਇੱਕ ਅਖਾਣ ਲਿਖੋ। ਤਾਂ ਨਨਾਣਾ ਚਰਖੇ ਦੀਆਂ ਧਾਣਾਂ, ਦੇਵਰ ਦਿਲ ਦੇ ਜ਼ੇਵਰ। ਤਾਂ ਲੇਖਕ ਦਾ ਸਾਈਕਲ ਕਿਹੜੀ ਲਾਇਬ੍ਰੇਰੀ ਦੇ ਬਾਹਰ ਚੁੱਕਿਆ ਗਿਆ ਸੀ? ਹਾਰਡਿੰਗ ਲਾਇਬ੍ਰੇਰੀ। ਲੇਖਕ ਕੋਲ ਕਿਹੜਾ ਸਾਈਕਲ ਸੀ ਅਤੇ ਉਸਨੇ ਉਸਨੂੰ ਕਿਸ ਤਰ੍ਹਾਂ ਖਰੀਦਿਆ ਸੀ? ਇਹ ਵੀ ਕਹਾਣੀ ਹੈਗੀ ਆ। ਤਾਂ ਲੇਖਕ ਕੋਲ ਹਰਕੁਲੀਸ ਸਾਈਕਲ ਸੀਗਾ, ਅਤੇ ਜਿਹੜਾ ਉਸਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਦੇ ਵਿੱਚ ਕੁਝ ਟਰੈਕਟ ਛਪਵਾਏ ਸੀਗੇ ਅਤੇ ਉਸਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸਿੰਘ ਸਭਾਵਾਂ ਨੂੰ ਭੇਜ ਕੇ ਵੇਚਿਆ ਸੀਗਾ, ਅਤੇ ਇਸ ਤੋਂ ਉਹਨੂੰ ਕੁਝ ਪੈਸੇ ਬਣ ਗਏ ਸੀ ਅਤੇ ਇਹ ਸਾਈਕਲ ਉਹਨੂੰ ਖਰੀਦੇ ਸੀਗੇ। ਅਤੇ ਇਸ ਕਰਕੇ ਉਸਨੂੰ ਇਹ ਸਾਈਕਲ ਅੱਧਾ ਹੱਕ ਦਾ ਅਤੇ ਅੱਧਾ ਨਾ ਹੱਕ ਦਾ ਜਾਪਦਾ ਸੀਗਾ। ਤਾਂ ਲੇਖਕ ਸਾਈਕਲ ਨੂੰ ਦੋ ਤਾਲੇ ਮਾਰ ਕੇ ਕਿਉਂ ਰੱਖਦਾ ਸੀਗਾ? ਕਿਉਂਕਿ ਉਸਨੂੰ ਸਾਈਕਲ ਅੱਧਾ ਨਾ ਹੱਕਾ ਜਾਪਦਾ ਸੀ, ਇਸ ਕਰਕੇ ਉਸਨੂੰ ਚੋਰੀ ਹੋਣ ਦਾ ਡਰ ਲੱਗਿਆ ਰਹਿੰਦਾ ਸੀ। ਅਤੇ ਕਾਰਨ ਕੀ ਸੀਗਾ ਕਿ ਜਿਹੜਾ ਹੈ ਜਿਨ੍ਹਾਂ ਟਰੈਕਟਾਂ ਦੀ ਬੱਚਤ ਵਿੱਚੋਂ ਉਸਨੇ ਸਾਈਕਲ ਖਰੀਦਿਆ ਸੀ, ਉਹਨਾਂ ਦੀ ਸਪਲਾਈ ਦੇ ਸਮੇਂ ਸਿਰ ਨਾ ਪਹੁੰਚਣ ਕਰਕੇ ਜਾਂ ਠੀਕ ਹਾਲਤ ਵਿੱਚ ਨਾ ਪਹੁੰਚਣ ਕਰਕੇ ਅੱਧੇ ਗੁਰਮੁਖ ਉਸਦੇ ਨਾਲ ਨਾਰਾਜ਼ ਹੋ ਗਏ ਸੀਗੇ। ਤਾਂ ਥਾਣੇ ਵਾਲੇ ਨੇ ਸਾਈਕਲ ਚੋਰੀ ਦੀ ਰਿਪੋਰਟ ਲਿਖਣ ਲਈ ਕੀ ਮੰਗਿਆ? ਥਾਣੇ ਵਾਲੇ ਨੇ ਸਾਈਕਲ ਲੇਖਕ ਤੋਂ ਸਾਈਕਲ ਦੀ ਮਾਲਕੀ ਦਾ ਕੋਈ ਸਬੂਤ, ਰਸੀਦ ਵਗੈਰਾ ਲਿਆਉਣ ਲਈ ਕਿਹਾ। ਇੱਕ ਆਦਮੀ ਨੇ ਲੇਖਕ ਨੂੰ ਆਪਣੇ ਗੁੰਮ ਹੋਏ ਸਾਈਕਲ ਬਾਰੇ ਕੀ ਦੱਸਿਆ? ਹੁਣ ਜਿਹੜਾ ਸਾਈਕਲ ਚੋਰੀ ਦੀ ਰਿਪੋਰਟ ਦਰਜ ਕਰਾਉਣ ਗਿਆ ਤਾਂ ਉੱਥੇ ਉਹਨੂੰ ਇੱਕ ਵਿਅਕਤੀ ਮਿਲਿਆ, ਅਤੇ ਫਿਰ ਉਹਨੇ ਕੀ ਦੱਸਿਆ ਵੀ ਭਾਈ ਜਿਹੜਾ ਹੈ ਤੂੰ ਇਹ ਕੰਮ ਛੱਡ ਦੇ, ਇਹਦੀ ਰਿਪੋਰਟ ਦਰਜ ਨਾ ਕਰਾਂ। ਅਤੇ ਉਹਨੇ ਦੱਸਿਆ ਕਿ ਉਸਦਾ ਗੁੰਮ ਹੋਇਆ ਸਾਈਕਲ ਮਿਲਤਾ ਗਿਆ ਸੀ, ਪਰ ਪੁਲਿਸ ਵਾਲੇ ਨੇ ਉਸਦੇ ਬਹੁਤੇ ਪੁਰਜੇ ਅਤੇ ਕੱਠ ਹੀ ਲਾ ਲਈ ਸੀ ਅਤੇ ਨਿਰਾ ਢਾਂਚਾ ਹੀ ਰਹਿ ਗਿਆ ਸੀ। ਅਤੇ ਉਸਨੇ ਉਸਨੂੰ ਕਿਹਾ ਕਿ ਰਿਪੋਰਟ ਲਿਖਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਅਤੇ ਲੇਖਕ ਆਪਣੇ ਚੋਰੀ ਹੋਏ ਸਾਈਕਲ ਦੀ ਥਾਣੇ ਵਿੱਚ ਰਿਪੋਰਟ ਕਿਉਂ ਨਾ ਲਿਖਾ ਸਕਿਆ? ਜਦੋਂ ਲੇਖਕ ਨੇ ਇੱਕ ਆਦਮੀ ਨੇ ਆਪਣੇ ਗੁੰਮ ਹੋਏ ਸਾਈਕਲ ਦੀ ਗੱਲ ਦੱਸੀ ਕਿ ਥਾਣੇ ਰਿਪੋਰਟ ਲਿਖਾਉਣ ਨਾਲ ਉਸਦਾ ਸਾਈਕਲ ਤਾਂ ਮਿਲ ਗਿਆ, ਪਰ ਪੁਲਿਸ ਵਾਲਿਆਂ ਨੇ ਉਸਦੀ ਕਾਠੀ ਅਤੇ ਪੁਰਜੇ ਸਾਰੇ ਲਾ ਲਏ ਅਤੇ ਉਸਦੇ ਪੱਲੇ ਕੇਵਲ ਢਾਂਚਾ ਹੀ ਪਿਆ ਸੀ, ਤਾਂ ਉਸਨੇ ਥਾਣੇ ਰਿਪੋਰਟ ਨਾ ਲਿਖਾਈ, ਕਿਉਂਕਿ ਉਸ ਆਦਮੀ ਨੇ ਉਸਨੂੰ ਦੱਸਿਆ ਕਿ ਇਹਦਾ ਕੋਈ ਫਾਇਦਾ
नहीं हैगा। तो लेखक चलो लेखक की पत्नी ने उसको साइकिल खरीदने की दिता सोने का हार। साइकिल खरीदने मगरों लेखक कौन-सी लाइब्रेरी के जाने लग्या? आर्कीलॉजिकल लाइब्रेरी। तो अगला प्रश्न है, आर्कीलॉजिकल लाइब्रेरी कौन-सी पुस्तकों का खजाना, अनमोल खजाना है? और आर्कीलॉजिकल लाइब्रेरी भारतीय सभ्याचार, धर्म, इतिहास और लोकधारा दिया पुस्तकों का अनमोल खजाना है। इत्थे कुछ पुराने मासक पत्र, इंडियन एंटीक्वाइटी, पंजाब नोटिस एंड क्वायरी, रॉयल एशियाटिक जनरल, फोकलोर जनरल और पंजाब के हरेक जिले के गजटीयर पे सन। तो लेखक अपनी पत्नी नौकरी लभण लई इंप्लॉयमेंट एक्सचेंज बार जाने बारे असल कह के असल में कितने जाता सी? लाइब्रेरी। कहता सी मैं तो नौकरी लभण जाता है ना, तो कह जाता कितने सी? लाइब्रेरी। जदों लेखक को घर चलाने लई कोई पैसे ना होंदे तो फिर की करता सी? वह अपनी पत्नी नूं पेके भेज दिंदा सी। ते लेखक जिहड़ा है आर्कीलॉजिकल लाइब्रेरी दे विच कीड़ियां कीड़ियां महान शख्सियतां नूं मिलिया? डॉक्टर अंबेदकर, प्रोफेसर प्रीतम सिंह, देवराज चानना। जयपुर यूनिवर्सिटी का स्कॉलर ते उसका गाइड की करते सन? यह भी जिहड़ा है लाइब्रेरी दे विच आउंदे सीगे तो उत्थे की करते सीगे? तो कहिंदा जयपुर यूनिवर्सिटी का स्कॉलर ते उसका गाइड पढ़न लिखण दे नालों खाण पीण दा ज़्यादा काम करते सीगे। जयपुर वाले गुरु चेले का बार बार खाण पीण ते जाण दा लेखक दे मन ते उत्ते की असर होया? तो लेखक क्योंकि आप मंदहाली विचों लंघ रहा सी ते उन्हां नूं खांदे पींदे वेख के लेखक दी कहिंदा भुख चमकण लगी, पर उसकी जेब खाली हुंदी सी। ते हौली हौली इस गल ने उसनूं निसत्या कर दिता कि उस लाइब्रेरी वल जाना ही छड्ड दिता। तो आर्कीलॉजिकल लाइब्रेरी तो मगरों लेखक ने कित्थे जाना शुरू किया? सेंट्रल सकत्रेत लाइब्रेरी। तो सेंट्रल सकत्रेत लाइब्रेरी विचों लेखक ने दी किसने बेइज्जती की? हुण आपां इह पढ़िया सीगा वी उत्थे कई दिन तो बड़ी मजे च रहा तो उन्होंने लगता सी वी कोई साडा स्टाफ मैंबर है, तो उन्होंने पिछले वो कमरे के बैठ जाता सी, इत्थे बड़ी सहूलत सी, कुर्सियां मेज लगे हुए सी, आराम नाल बैठा काम करी जांदा सी, है ना। पर कई दिन कुछ चिर बाद फिर की होया भी उन्होंने उस कमरे की लोड़ पड़ी पई, तो फिर उन्होंने वह पुछया, है ना, पुछया तो सत्कार नाल ही, पर लेखक ने हुण दस्सिया भी मैं तो किसी अहुदे ते ही नहीं हैगा, तो फिर उन्होंने उसनों बेइज्जती करके कढ़ दिता। तो बेइज्जती किसने की सी? लाइब्रेरियन ने। सेंट्रल सकत्रेत लाइब्रेरी विचों लेखक दुंब दबा के क्यों भज्जिया? क्योंकि लाइब्रेरियन ने नूं जदों पता लग्या कि यह एक वेला पड़ाकू है तो वह उत्थे बिना इजाजत जां अधिकार दे हर रोज़ बैठता सीगा, तां फिर उसने उसकी बहुत बेइज्जती की, इस करके लेखक इस लाइब्रेरी दे विचों दुम दबा के भज्जिया। लेख को साइकिल स्टैंड वाले नूं देण लई किन्ने पैसे नहीं सन? एक आना। साइकिल स्टैंड वाले नूं एक आना ना दे सकण दी हालत विच लेखक नूं कौड़ी चीज़ संसार दा गुरु पीर जापी? पैसा। हुण पैसा कमाउण लई जदों गल्लां कीतियां तां उहदी पत्नी ने उहनूं की कहा? शेख चिली। तां लेखक किहड़े सन दे विच बीए दी लड़की नूं ट्यूशन पढ़ाउण लग्या 1955? हुण अगला लास्ट भाग है धुप्पां प्रगट होईआं, इहदे विच लेखक दी अवस्था सुधरदी हैगी आ। तां लेखक अनुसार मनुख दे जीवन विच बहार कदों आउंदी है? लेखक अनुसार मनुख दे जीवन विच भावें किन्नी लम्मी पतझड़ हो जाए जे परमात्मा दी किरपा होवे अंत बहार आ ही जाती है। तो पर इस दे लई इक्को गल हैगी आ कि उहदी मनुख दी इच्छा शक्ति कायम रहनी चाहीदी हैगी। तो 1955 विच पंजाब तो परत के लेखक विच कीड़ी धुन परवल हो गई? पैसा कमाउण दी। तां लेखक अनुसार उस कोल पंजाबी पढ़दी बीए दी विद्यार्थन कुड़ी किहो जिही सी? लेख दसदा है कि वह कुड़ी सोहनी सी, उसका शरीर गठिया होया, रंग मलाई वर्गा सी, उसके नैण नक्श बड़े ही सोहने सन, पर वह जज्बातों तो कोरी सी। लेख नूं सेंटर सिटी कॉलेज तो किन्ने पैसे मिलण लगे? 55 रुपए माहवार। लेख नूं दिल्ली पब्लिक कॉलेज तो किन्ने रुपए मिलण लगे? 95 रुपए। हौली हौली लेख दिल्ली विच वख वख थावां उत्ते किन्ने रुपए कमाउण लग्या? 400 रुपए तो वध। तां लेखक किन्ने घंटे हर रोज़ पढ़ाउंदा सी? 400 रुपए कमाउण लई किन्ना मेहनत करदा सी? सर्दियों के लेख साढ़े पाँच बजे घरों निकलता, 10-12 घंटे मशीन वाग थां थां पढ़ा के वह राती 11-11:30 बजे घर मुड़ता सीगा। तो रुपया कमा के लेखक की दसना चाहता सी? लेख के दसना चाहता सी कि जेकर वह चाहे तो वह बहुत सारा धन कमा सकता है, रुपया तो हत्थां दी मैल हुंदी है। तो लेखक विच रज्जे पुज्जे होण दे लक्षण किवें प्रगट होए?
दिल्ली विच पढ़ा के ते किताबां लिख के कमाए हुए पैसों दे नाल लेखक विच रज्जे पुज्जे होण दे लक्षण प्रगट होण लगे। उसने दो प्लाट दिल्ली दे विच ते इक प्लाट चंडीगढ़ विच खरीदिया ते फिर वह मकान उसारन दे सुपने वेखण लग्गिया। अगला प्रश्न, लेखक ने 1955 तो मगरों 2-2.5 साल विच केड़ियां केड़ियां पुस्तकां छपवाईयां। इन्हां सालां विच लेखक ने पंजाब दीआं लोक कहानियां, पंजाब दीआं जनौर कहानियां, लोग आखते हैं अखाणा की किताब अते कंबल पत्तियां नाम का एक काव्य संग्रह छपवाया। लेखक दे गाइड ने लेखक नूं चिट्ठी विच किन्ना दा मक्कू ठप्पण की गल की, बड़ी इंपोर्टेंट गल है। PhD कर रहा सी तां उहदे गाइड ने उहनूं की कहा भी तू अपनी जड़ा थीसिस लिखना है PhD लई तां तू उहदे विच दविंदर सथियारती अते अमृता प्रीतम का मक्कू ठप्पणा है, भाव उहनां दी आलोचना करनी हैगी आ। तां लेखक दा अपने PhD दे गाइड तो मान क्यों खट्टा हो गया। हुण जदों लेखक नूं उहदे PhD गाइड ने की कहा भी आह दविंदर सत्यारती ते अमृता प्रीतम दा मक्खू ठप्पणा हैगा, तां लेखक नूं इह गल बड़ी बुरी लगी। उहने की कहा कि मैं किसी की इस तरह नुक्ताचीनी नहीं कर सकता, तो उस दीआं जिहड़ियां हैगीआं बेथवियां ते जलालत भरीआं गल्लां सुण के उसका मन बड़ा ही खट्टा हो गया। लेखक ने MA दी डिवीजन सुधारण की प्रीख्या किन्ने नंबर प्राप्त किए, उन्हें दोबारा फिर उन्हें MA दी जिहड़ी प्रीख्या दित्ती तां फिर उसने लेखक ने सब तो वध नंबर प्राप्त किए। MA दी डिवीजन सुधारण मगरों लेखक नूं किहड़े कॉलेज दे विच नौकरी मिली, कैंप कॉलेज दे विच। लेखक नूं कैंप कॉलेज विच किन्नी तनखाह मिलदी सी, 200 रुपए महीना। लेखक नूं कैंप कॉलेज दे नाल होर किहड़े कॉलेज विच नौकरी मिली, दयाल सिंह कॉलेज विच। लेखक नूं दयाल सिंह कॉलेज विचों किन्नी तनखाह मिलदी सी, 150 रुपए महीना। तो लेखक ने PhD दी रजिस्ट्रेशन कित्थे करवाई, दिल्ली यूनिवर्सिटी दे विच। गलियें चिक्कड़ दूर कर, स्वै जीवनी दा लेखक कौन है, श्री सुहिंदर सिंह बंजारा बेदी। तो यह सी कुछ संखेप प्रश्न उत्तर, तो आप संबंधित कुछ महत्वपूर्ण प्रश्न उत्तर ने, जिमें विषय वस्तु कलात्मक रूप जां जड़ा है समाजिक, तो जड़ा है जो भी यदा नावल दे विच प्रगट होया उहदे नाल संबंधित अगली वीडियो जरूर पावांगे, जरूर देखना। तो उम्मीद करदी हैगी तुहानूं वीडियो चंगी लगेगी, तो फिर मिलांगे किसी होर वधिया वीडियो दे नाल। तद तक दे लई बहुत बहुत धन्यवाद।